ਰੰਗਦੇਵ ਨੂੰ ਕਹ ਲਈ ਤੇਰੀ ਸਲਾਹ ਨਾਲ ਹੋਇਆ ਇਹ ਕੰਮ ਤੇਰੀ ਸਲਾਹ ਤੋਂ ਬਿਨਾਂ ਹੋਇਆ ਜਫਰਨਾਮੇ ਚ ਇਹ ਜਿਹੜੇ ਲੋਕ ਨੇ ਰਾਜ ਵਾਲੇ ਧਰਨ ਵਾਲੇ ਉਹਨਾਂ ਨੂੰ ਫਿਟਾਉਂਦਾ ਰਣਜੀਤ ਸਿੰਘ ਉਹਨਾਂ ਨੂੰ ਫਿਟਾਉਂਦਾ ਬੰਦਾਵਾਦ ਆ ਉਹਨਾਂ ਦਾ ਸਿੱਕੀ ਨਾਲ ਕੋਈ ਲੈਣਾ ਦੇਣਾ ਨਹੀਂ ਅਸਲੀ ਜੜੀ ਸਿੱਕੀ ਆ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਗੁਰਸਿੱਕੀ ਨਾਲ ਕੋਈ ਲੈਣਾ ਦੇਣਾ ਨਹੀਂ ਉਹਨਾਂ ਕੋਲ ਸਿੱਕੀ ਹੈ ਬਾਹਲੀ ਦਿਖਾਵੇ ਦੀ ਭੇਖ ਦੀ ਭੇਖ ਦਿਖਾਏ ਜੋਗਤ ਕੋ ਲੋਕ ਨੂੰ ਕਬਰ ਉਹਨਾਂ ਕੋਲ ਭੇਤ ਦੀ ਸਿੱਕੀ ਹੁੰਦੀ ਬਾਹਰੋਂ-ਬਾਹਰੋਂ ਪੂਰਤੀ ਗੁਜਾਲੀ ਇਹ ਤਾਂ ਸਿਰਫ ਗੋਲਕ ਤੁਹਾਡਾ ਗੁਰੂ ਹੈ ਮਾਇਆ ਕਹ ਦੇ ਬਾਣੇ ਪ੍ਰਾਣੇ ਝੂਠ ਹੋਰੀ ਪਾਈ ਪ੍ਰਚਾਰ ਵੱਲ ਤਾਂ ਕੋਈ ਚਾਏ ਨਹੀਂ ਰਿਆ ਉਦੀ ਤਾਂ ਕਿਸ ਨੂੰ ਲੋੜੇ ਨਹੀਂ ਜੇ ਰਾਜ ਆਇਆ ਸਿੱਖੀ ਨੂੰ ਪੁੱਠਾ ਘੜਾ ਗਿਆ ਅਬ ਖਾਲੀਦਾਂ ਨੇ ਵੀ ਪੁੱਠਾ ਘੜਾ ਤਾਂ ਤੁਹਾਨੂੰ ਸਿੱਖੀ ਕੀ ਕੀਤਾ ਪੁੱਤੀ ਸਾਹਿਬ ਦੇ ਆ ਬੀੜਾਂ ਦੀ ਤੁਸੀਂ ਇਹਦੀ ਨਹੀਂ ਇਹਨੂੰ ਵੇਚ-ਵੇਚ ਕੇ ਤੁਸੀਂ ਖਾ ਗਏ ਜਿਹਨੂੰ ਗੁਰੂ ਕਹਨੇ ਹੋ ਤੁਸੀਂ ਐਦਾਂ ਸ਼ਰਮ ਦੀ ਗੱਲ ਕੀ ਹੋਊ ਜਿੱਦੋਂ ਇਮਾਨਦਾਰੀ ਇਕੱਠੀ ਹੋਗੀ ਇਮਾਨਦਾਰ ਬੰਦੇ ਇਕੱਠੇ ਹੋਗੇ ਉਹ ਦਿਨ ਸਾਰੇ ਸੁਖੀ ਹੋ ਜਾਣਗੇ ਜਿੰਨਾ ਚਿਰ ਬੇਈਮਾਨ ਹਾਵੀ ਨੇ ਸੰਸਦ ਦੇ ਉੱਤੇ ਉਹਨਾਂ ਚ ਦੁੱਖੇ ਦੁੱਖ ਨੇ ਸਾਰੀ ਦੁਨੀਆ ਵਾਸਤੇ ਸੁਖ ਹੋਈ ਨਹੀਂ ਸਕਦਾ ਜਿਹੜੇ ਹੁਣ ਬੱਚੇ ਛੋਟੇ ਨੇ ਜਵਾਨ ਸਾਡੇ ਸ਼ਹੀਦ ਹੋ ਜਾਂਦੇ ਨੇ ਫੌਜੀ ਉਹਨਾਂ ਨੂੰ ਕੁਛੋ ਨਾ ਇਹਨਾਂ ਨੇ ਹੰਕਾਰੀਆਂ ਨੇ ਰਾਜ ਕਰਨਾ ਹੰਕਾਰ ਦਾ ਥੋੜਾ ਉਹਨਾਂ ਨੂੰ ਕੁਛ ਹੋ ਇਹ ਤਾਸ ਨਹੀਂ ਹੋਣ ਦਊਗਾ ਇੱਕ ਤਾਂ ਇਤਿਹਾਸ ਸ਼ੈਤਾਨ ਦੀ ਉਪਜਾ ਸ਼ੈਤਾਨ ਇਤਿਹਾਸ ਪੜਾਊਗਾ ਸ਼ੈਤਾਨ ਦਾ ਕੰਮ ਇਦਾ ਦਾ ਸ਼ੈਤਾਨ ਦੀ ਇੱਛਾ ਪੂਰਤੀ ਇਤਿਹਾਸ ਵਿੱਚੋਂ ਆਇਆ ਵਿੱਚੋਂ ਜਿਹੜਾ ਭਗਤਾਂ ਦੀ ਜਿਹੜੀ ਇੱਛਾ ਦੀ ਪੂਰਤੀ ਹੈ ਉਹ ਗੁਰਬਾਣੀ ਵਿੱਚੋਂ ਦਸਮ ਪਾਸ਼ਾ ਨੇ ਉਹਨੂੰ ਕੋਈ ਸ਼ਿਕਾਇਤ ਹੋਵੇ ਅਮਰਤ ਇਹ ਬਿਲਕੁਲ ਹੀ ਨਰਮੂਲ ਗੱਲ ਹੈ ਝੂਠ ਹੈ ਬੰਦਾ ਬਾਦ ਰਸਿੰਗ ਤਾਂ ਇਹ ਹੀ ਨਹੀਂ ਉਹ ਮਾਦੋ ਦਾ ਸੋਦਾ ਨਾ ਉਹ ਹੈ ਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਬਾ ਜੀ ਅੱਜ ਦਾ ਸਵਾਲ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਆ ਜਦੋਂ ਵਜੀਦੇ ਨੂੰ ਸਜ਼ਾ ਦੇਣ ਵਾਸਤੇ ਉੱਥੋਂ ਗੋਠਾ ਪੇਜਿਆ ਗਿਆ ਉਹ ਪੰਜ ਪਿਆਰਿਆਂ ਦਾ ਜੱਥਾ ਸੀ ਆ ਬਾਬਾ ਬੰਦਾ ਸਿੰਘ ਬਹਾਦਰ ਦੇ ਅੰਡਰ ਉਹਨਾਂ ਨੂੰ ਭੇਜਿਆ ਗਿਆ ਸਜ਼ਾ ਦੇਣ ਵਾਸਤੇ ਠੀਕ ਇਹਦੇ ਬਾਰੇ ਬਾਬਾ ਜੀ ਵਿਚਾਰ ਚਾਹੀਦੇ ਨੇ ਸਾਡੇ ਹੁਣ ਗੱਲ ਇਹ ਦੀ ਕੁਝ ਬੈਕਗ੍ਰਾਉਂਡ ਸਮਝਣਾ ਪਊਗਾ ਸਾਰੀ ਗੱਲ ਦੀ ਇਹ ਪਿੱਛੇ ਤੋਂ ਚੱਲਣਾ ਪਊ ਸਾਨੂੰ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਹਿੰਦੂਆ ਨੇ ਗੌਰੀ ਕਸਮ ਖਾਧੀ ਬਾਈ ਤਾਰੀਏ ਰਾਜਿਆਂ ਨੇ ਔਰੰਗਜ਼ੇਬ ਦੀ ਵੀ ਫੌਜੀ ਨਾਲ ਬਾਈ ਤਾਰੀਆਂ ਤੇ ਇਤਵਾਰ ਕੋਈ ਨਹੀਂ ਸੀ ਔਰੰਗਜ਼ੇਬ ਨੇ ਕਿਹਾ ਵੀ ਮੈਂ ਜੁਮਹਿਬਾਰਾਂ ਬਾਈ ਤਾਰੀਏ ਮੇਰੇ ਅੰਡਰ ਨੇ ਮੈਨੂੰ ਕਰਾਂ ਦੀ ਕਸਮ ਹੈ ਤੁਹਾਡੇ ਤੇ ਕੋਈ ਹਮਲਾ ਨਹੀਂ ਕਰੂ ਮੇਰੀ ਗਰੰਟੀ ਹੈ ਤੁਸੀਂ ਕਲਾ ਛੱਡ ਦਿਓ ਇਹਨਾਂ ਬਾਈਤਾਰੀਆਂ ਦੇ ਇਲਾਕੇ ਚੋਂ ਤੁਸੀਂ ਬਾਹਰ ਆ ਜਾਓ ਹੋਰ ਸਾਰੇ ਭਾਰਤ ਵਿੱਚ ਹਿੰਦੁਸਤਾਨ ਵਿੱਚ ਜਿੱਤੇ ਤੁਸੀਂ ਕਹੋਗੇ ਤੁਹਾਡੀ ਰਾਜਧਾਨੀ ਮੈਂ ਆਪਣੇ ਅਨੰਤ ਪਰਸੋਂ ਨੂੰ ਵੀ ਵਧੀਆ ਤਨੂ ਬਣਾ ਕੇ ਮੈਂ ਆਪਣੇ ਖਰਚੇ ਤੇ ਸਰਕਾਰੀ ਖਰਚੇ ਤੇ ਦੇ ਦੇ ਦੂੰਗਾ ਇਹ ਜਗ੍ਹਾ ਛੱਡਿਓ ਇਹ ਵੀ ਪਤਾ ਲੱਗਦਾ ਹੈ ਕਿ ਉਹ ਗਵਾਲੀਅਰ ਦੇ ਨੇੜੇ ਤੇੜੇ ਬਣਾਉਣ ਦੀ ਸਕੀਮ ਸੀ ਗਵਾਲੀਅਰ ਦੇ ਇਲਾਕੇ ਵਿੱਚ ਕੋਈ ਜੇ ਮੈਂ ਪੈਸਾ ਦਉ ਉੱਥੇ ਸੀ ਪਹਿਲਾ ਉਹ ਇਲਾਕਾ ਉੱਥੇ ਰਾਜੇ ਜਿਹੜੇ ਸੀਗੇ ਭਵਨਜਾ ਰਾਜੇ ਦੱਖਣ ਦੇ ਛੜਾਏ ਸੀ ਉਹ ਸਾਰੇ ਰਾਜੇ ਦੱਖਣ ਵਾਲੇ ਸਹਿਮ ਸੀ ਉਹਨਾਂ ਦਾ ਮਤਲਬ ਉੱਤਰੀ ਭਾਰਤ ਨੂੰ ਛੱਡ ਕੇ ਤੁਸੀਂ ਦੱਖਣੀ ਭਾਰਤ ਵਿੱਚ ਆ ਜਾਓ ਇਹਨਾਂ ਦੀ ਜਿਹੜੀ ਵਿਚਾਰਤਾ ਰ ਹੈ ਤੁਹਾਡੇ ਨਾਲ ਮਿਲਦੀ ਹੈ ਉਤਰੀ ਜਿਹੜੇ ਮੂਰਤੀ ਪੂਜਾ ਵਾਲੇ ਨੇ ਇਹਨਾਂ ਨੂੰ ਤੁਹਾਡੀ ਵਿਚਾਰਤਾਰਾ ਨਹੀਂ ਮਿਲਦੀ ਇਹ ਤੇ ਤੁਸੀਂ ਅਮਨ ਨਾਲ ਪ੍ਰਚਾਰ ਕਰੋ ਪ੍ਰਚਾਰ ਇਸਲਾਮ ਵਾਲੇ ਜਿਹੜਾ ਸਾਡਾ ਪ੍ਰਚਾਰ ਸੀ ਸਿੱਖੀ ਦਾ ਉਹ ਤੋਂ ਖੁਸ਼ ਸੀ ਕਿਉਂ ਮੂਰਤੀ ਪੂਜਾ ਉਹ ਵੀ ਨਹੀਂ ਕਰਦੇ ਅਸੀਂ ਵੀ ਨਹੀਂ ਕਰਦੇ ਮੇ ਮੂਰਤੀ ਪੂਜਾ ਵਾਲਿਆਂ ਤੋਂ ਤੁਸੀਂ ਦੂਰ ਹੋ ਜਾਓ ਤੁਸੀਂ ਕੀ ਲੈਣਾ ਪੈ ਕਰੀ ਜਾਣੇ ਮੇਰਾ ਰਾਜ ਹੈ ਮੇਰੇ ਰਾਜ ਦੇ ਵਿੱਚ ਅਮਨ ਹੋ ਜਾਊਗਾ ਇਸ ਤਰੀਕੇ ਨਾਲ ਤੁਸੀਂ ਸਾਡੇ ਕਰੇ ਹੋ ਜਾਓ ਇਹਨਾਂ ਨੂੰ ਗੁਰੂ ਸਾਹਿਬ ਨੇ ਗੱਲ ਮੰਨ ਲਈ ਕਿਲਾ ਛੱਡਤਾ ਪਿੱਛੋਂ ਹਮਲਾ ਹੋਇਆ ਜੋ ਕੁਝ ਹੋਇਆ ਸਭ ਪਤਾ ਹੈ ਫਿਰ ਜਫਰਨਾਮਾ ਲਿਖਿਆ ਭੇਜਿਆ ਚਿੱਠੀ ਭੇਜੀ ਜਫਰਨਾਮਾ ਲਿਖ ਕੇ ਵੀ ਵਾਦਾ ਖਰਾਫੀ ਕੀਤੀ ਤੁਸੀਂ ਤੁਹਾਡੇ ਬੰਦਿਆਂ ਨੇ ਔਰੰਗ ਦੇਵ ਨੂੰ ਕਿਹਾ ਵੀ ਤੇਰੀ ਸਲਾਹ ਨਾਲ ਹੋਇਆ ਇਹ ਕੰਮ ਕਿ ਤੇਰੀ ਸਲਾਹ ਤੋਂ ਬਿਨਾਂ ਹੋਇਆ ਜਫਰਨਾਮੇ ਚ ਜੇ ਤਾਂ ਤੇਰੀ ਸਲਾਹ ਨਾ ਹੋਇਆ ਫਿਰ ਤਾਂ ਕੋਈ ਰੌਲਾ ਨਹੀਂ ਅੱਜ ਤੋਂ ਬਾਅਦ ਕੁਰਾਨ ਦੇ ਉੱਤੇ ਕੁਰਾਨ ਦੀ ਕਸਮ ਤੇ ਕਿਸੇ ਨੇ ਭਰੋਸਾ ਨਹੀਂ ਕਰਨਾ ਫਿਰ ਵੀ ਮੇਰੀ ਜਿੱਤ ਹੈ ਤੂੰ ਹਾਰ ਗਿਆ ਜ਼ਬਾਨ ਹਾਰ ਗਿਆ ਜਿਹੜਾ ਬੰਦਾ ਬੰਦਾ ਹਾਰ ਗਿਆ ਤੇ ਅਸੀਂ ਜਿੱਤੇ ਅਸੀਂ ਭਰੋਸਾ ਕੀਤਾ ਤੁਹਾਡੇ ਤੇ ਗੱਦਾਰੀ ਤੁਸੀਂ ਕੀਤੀ ਹੈ ਪਰੋਸਾ ਤੁਸੀਂ ਤੋੜਿਆ ਹੈ ਮਹਿਮਾਨੀ ਤੁਸੀਂ ਕੀਤੀ ਹੈ ਤੇ ਸਾਨੂੰ ਪਰੋਸਾ ਕਰਨ ਦਾ ਜਿਹੜਾ ਹੈ ਖਮਿਆ ਦਾ ਕੁਝ ਵੀ ਭੁਗਤਣਾ ਪਿਆ ਪਰ ਲੋਕ ਪਰ ਲੋਕ ਦੇ ਵਿੱਚ ਸਾਡੀ ਯਤ ਰਹੂਗੀ ਸਾਡਾ ਜਸ ਰਹੂਗਾ ਕੌਡਾ ਪਜਸ ਹੋਊਗਾ ਤੇ ਇੱਕ ਚਿੱਠੀ ਔਰੰਗਦੇਵ ਨੂੰ ਜਦ ਕਹੀ ਹੈ ਉਹ ਰੰਗਦੇ ਬਹਿ ਲ ਗਿਆ ਉਹਨੇ ਕਿਹਾ ਵੀ ਗਲਤਾਂ ਹਾਂ ਵੀ ਜੇ ਤੂੰ ਇੱਕ ਹੋਰ ਲਿਖਿਆ ਉਹਨਾਂ ਨੇ ਵੀ ਜੇ ਤੂੰ ਇਹ ਕਹਿਣਾ ਹੈ ਮੰਨਦਾ ਹੈ ਵੀ ਇਹ ਸਭ ਕੁਝ ਗਲਤ ਹੋਇਆ ਮੈਂ ਨਹੀਂ ਸੀ ਚਾਹੁੰਦਾ ਤਾਂ ਤੂੰ ਹੁਣ ਇਸ ਵਕਤ ਪਾਵਰ 'ਚ ਹੈ ਤੂੰ ਬਾਦਸ਼ਾਹ ਹੈ ਤੂੰ ਇਹਨਾਂ ਲੋਕਾਂ ਨੂੰ ਸਜ਼ਾ ਦੇ ਇਨਸਾਫ ਕਰ ਤੂੰ ਮੈਨੂੰ ਮਿਲ ਤੂੰ ਮਿਲਵੇਂਗਾ ਆਕੇ ਔਰ ਨੰਗੇ ਪੈਰੀ ਆ ਕੇ ਮਿਲ ਬਿਨਾ ਕਿਛੇ ਹਥਿਆਰ ਤੇ ਬਿਨਾ ਫੌਜ ਤੇ ਆ ਕੇ ਮਿਲਿਆ ਛਰਤਾ ਜਫਰਨਾਮੇ ਚ ਲਿਖੀ ਕਿਸੇ ਬਾਦਸ਼ਾਹ ਨੂੰ ਗੱਲ ਕਰਨੀ ਮਜ਼ਾਕ ਦੀ ਗੱਲ ਨਹੀਂ ਹੈ ਉਸ ਵੇਲੇ ਇਕਲਾ ਕੋਈ ਨਹੀਂ ਕੋਲ ਹੁਣ ਤੈਨੂੰ ਆਉਣਾ ਪਊਗਾ ਨੰਗੇ ਪੈਰੀ ਕੁਛ ਦੂਰੋਂ ਨੰਗੇ ਪੈਰੀ ਹੋ ਜੇ ਪਹਿਲਾਂ ਉਹਨੇ ਕਿਹੜਾ ਤੁਰ ਕੇ ਆਉਣਾ ਸੀ ਮੈਂ ਜਾਣੀ 10 20 50 ਗਏ ਤੁਨ ਨੰਗੇ ਪੈਰੀਆਂ ਜੀ ਹੋਰ ਕੀ ਹੁੰਦਾ ਰੰਗਦੇਵ ਨੇ ਜਫਰਨਾਮਾ ਪੜ੍ਹ ਕੇ ਉਹਨੇ ਮਨ ਬਣਾ ਲਿਆ ਵੀ ਮੈਨੂੰ ਜਾਣਾ ਚਾਹੀਦਾ ਕਿਉਂਕਿ ਆਦਮੀ ਜਦੋਂ ਮੁਸਲਮਾਨਾਂ ਦੀ ਖਾਸ ਗੱਲ ਹੈ ਵੀ ਜੇ ਸਾਡੇ ਕੋਈ ਅਪਰਾਧ ਹੋ ਜਵੇ ਤਾਂ ਸਾਨੂੰ ਮਰਨ ਤੋਂ ਪਹਿਲਾਂ ਉਹਨੂੰ ਕਬੂਲ ਕਰ ਲੈਣਾ ਚਾਹੀਦਾ ਹੈ ਉਹ ਬੰਦੇ ਦਾ ਜਿਹੜਾ ਹੈ ਉਹ ਤਾਂ ਮਾਫੀ ਮੰਗ ਲੈਣੀ ਚਾਹੀਦੀ ਹੈ ਤਾਂ ਕਿ ਅੱਗੇ ਜਾ ਕੇ ਸਾਡਾ ਜਿਹੜਾ ਹੈਗਾ ਉਹ ਕਹਿੰਦੇ ਨੇ ਦਰਗਾਹ ਦੇ ਵਿੱਚ ਸਾਡਾ ਜਾ ਕੇ ਨਾ ਮਾਫ ਹੋ ਜਾ ਜੀ ਜੇ ਇੱਥੇ ਮਾਫ ਕਰ ਦੂ ਤਾਂ ਕੇ ਮਾਫ ਹੋ ਜਾਊਗਾ ਮੁਸਲਮਾਨਾਂ ਦੇ ਵਿੱਚ ਇਹ ਬਹੁਤ ਮਜ਼ਬੂਤੀ ਨਾਲ ਮੰਨੀ ਹੋਈ ਗੱਲ ਹੈ ਉਹ ਇਸ ਵਿਸ਼ਵਾਸ ਕਰਦੇ ਨੇ ਵੀ ਉਹ ਤਾਂ ਮਾਫੀ ਮੰਗ ਲੈਣੀ ਚਾਹੀਦੀ ਹੈ ਨਹੀਂ ਤਾਂ ਪ੍ਰਲੋਕ ਵਿੱਚ ਜਾ ਕੇ ਸਾਤੇ ਫੇਰਾ ਸਾਬ ਮੰਗੂਗਾ ਉਹ ਖਸਾਬ ਦੇਣਾ ਵੀ ਪਊਗਾ ਸਾਨੂੰ ਗੁਰੇ ਕਰਮ ਦਾ ਧੋਖੇ ਦਾ ਤੋੜਾਂ ਦੇ ਕਹਿਣੇ ਨੇ ਤਿਆਰ ਹੋ ਗਿਆ ਤਾਰਾ ਆਦਮ ਨੇ ਸਭ ਕੁਝ ਕਰਵਾਇਆ ਸੀ ਉਹਦੇ ਛੋਟੇ ਮੁੰਡੇ ਨੇ ਹੁਣ ਇੱਥੇ ਦੇਖਣ ਵਾਲੀ ਇਹ ਗੱਲ ਹੈ ਕਿ ਦੋ ਖੈਮੇ ਨੇ ਦੋ ਮੁੰਡੇ ਨੇ ਉਹ ਰੰਗ ਬੁਦੇ ਇੱਕ ਮੁੰਡਾ ਵੱਡਾ ਉਹ ਸਾਧੂ ਸੁਭਾਅ ਦਾ ਹੈ ਉਹ ਨਰਬੰਦਲੀਆ ਉਹ ਮੀਆ ਮਿਰਦੇ ਤੋਂ ਪ੍ਰਭਾਵਤ ਹੈ ਧਰਮ ਵਾਲਾ ਹਾਕਮ ਸਾਫਾ ਵਾਲਾ ਉਹ ਜਿਹੜਾ ਛੋਟਾ ਉਹ ਅਤਵਾਦੀ ਹੈ ਗਰਮਦਲੀਆ ਉਹ ਕਿਸੇ ਕੀਮਤ ਤੇ ਵੀ ਰਾਜ ਰਣਾ ਚਾਹੁੰਦਾ ਉਹ ਕਿੰਨਾ ਹੀ ਉਹਨੂੰ ਬੁਰੇ ਕੰਮ ਕਰਨੇ ਪੈ ਜਾਣ ਜ਼ੁਲਮ ਕਰਨਾ ਪੈ ਜਾ ਉਹਨੂੰ ਕੋਈ ਮਤਲਬ ਨਹੀਂ ਜ਼ੁਲਮ ਤੇ ਉਹਨੂੰ ਰਾਜ ਚਾਹੀਦਾ ਇਹ ਔਰੰਗ ਦੇਵ ਦੇ ਕਰਦੀ ਪੋਜੀਸ਼ਨ ਨਾਲੋਂ ਵੱਡੇ ਦੋਏ ਧੜੇ ਥੱਲੇ ਠੀਕ ਹੈ ਇਹੀ ਇਹ ਹਮੇਸ਼ਾ ਹੀ ਰਹੇ ਨੇ ਸਾਰੇ ਧਰਮਾਂ 'ਚ ਜਿਹੜਾ ਦੂਆ ਧੜਾ ਸੀ ਗਰਮਦਲੀਆ ਉਹਦੇ ਨਾਲ ਸ੍ਰੀ ਚੰਦ ਐਂਡ ਪਾਰਟੀ ਜਿਹੜੇ ਗੁਰੂ ਘਰ ਤੋਂ ਖਿਲਾਫ ਰਹੇ ਨੇ ਉਹ ਦੋਏ ਗਰਮਦਲੀਏ ਧੜੇ ਨਾਲ ਰਹੇ ਨੇ ਪਾਪੀ ਫਰਾਦੀ ਧੜੇ ਨੂੰ ਕਿਸੇ ਵੀ ਕੀਮਤ 'ਤੇ ਐਸੀ ਹਕੂਮਤ ਕਰਨੀ ਹੈ ਜ਼ੁਲਮ ਕੰਨਾ ਵੀ ਕਰਨਾ ਪੈ ਜਾ ਤੁਹਾਨੂੰ ਦੀ ਸਾਨੂੰ ਕੋਈ ਲੋੜ ਨਹੀਂ ਧਰਮ ਸਾਡਾ ਦਿਖਾਵੇ ਦਾ ਦਿਖਾਵੇ ਦਾ ਧਰਮ ਰਾਜ ਅਸੀਂ ਕਰਨਾ ਹੈ ਆਪਣਾ ਡਾਂਗ ਨਾਲ ਸੇਵਾ ਨਹੀਂ ਕਰਨੀ ਰਾਜ ਕਰਨਾ ਹੈ ਦੂਏ ਦਾ ਹੱਕ ਖਾਣਾ ਹੈ ਦੂਏ ਨੂੰ ਦਬਾ ਕੇ ਰੱਖਣਾ ਹੈ ਧਰਮ ਨੂੰ ਦਬਾ ਕੇ ਰੱਖਣਾ ਆਪਣੀ ਮਰਜ਼ੀ ਦਾ ਧਰਮ ਚਲਾਉਣਾ ਇਹ ਸਾਰੇ ਧਰਮਾਂ ਚ ਇਹ ਹੁੰਦਾ ਸਾਡੇ ਵੀ ਹੈਗਾ ਸਿੱਖਾਂ ਚ ਵੀ ਹੈਗਾ ਸਿੱਖਾਂ ਜੋ ਫਿਰ ਕਹਾ ਇਹੀ ਬਿਮਾਰੀ ਸਾਡੇ ਚ ਆਈ ਹੈ ਜਦੋਂ ਉਹ ਤੇ ਬਹਾਦਰ ਸ਼ਾਹ ਫਿਰ ਜਦੋਂ ਦਸਮ ਪਾਸ਼ਾ ਜਾ ਰਹੇ ਨੇ ਪਹਿਲੀ ਗੱਲਤਾ ਇਹ ਆ ਜੋ ਰੰਗਦੇਵ ਹੈਗਾ ਉਹ ਜਦ ਬਹਾਦਰ ਸ਼ਾਹ ਨੂੰ ਮਿਲੇ ਨੇ ਕਿਲੇ ਚ ਜਾ ਕੇ ਰਾਹ ਦੇ ਵਿੱਚ ਵਾਦ ਅਚਾਰ ਇਹਦਾ ਰਾਤ ਕਰ ਰਿਆ ਸੀ ਆਗਰੇ ਇਹ ਜਾਂਦੇ ਪਹਿਲਾਂ ਆਗਰੇ ਬਾਦਸ਼ਾਹ ਕੋ ਗਏ ਨੇ ਦਸਮ ਕਾਚ ਉੱਥੇ ਬਾਦਸ਼ਾਹ ਨੇ ਉਹਨੂੰ ਕਲਮੀ ਦਿੱਤੀ ਹੈ ਢੜੀ ਕਲਮੀ ਜਗ੍ਹਾ ਸੀ ਨਾ ਚਮਕੌਰ ਸਾਹਿਬ ਵਾਲੀ ਉੱਥੇ ਪਹੁੰਚ ਕੇ ਨਹੀਂ ਬਾਦਸ਼ਾਹ ਕੋ ਪਹੁੰਚਿਆ ਰੰਗਲੇ ਬਤੌਰੰਗਾਬਾਦ ਇੱਥੇ ਹੈ ਹੀ ਨਹੀਂ ਉਹ ਤਾਂ ਰੰਗਾ ਬਾਦ ਹੈ ਹਜੂਰ ਸਾਹਿਬ ਦੇ ਨੇੜੇ ਹੈ ਰੰਗਾ ਬਾਦ ਉੱਥੇ ਦੱਖਣ ਦੇ ਵਿੱਚ ਬਦਮਨੀ ਸੀ ਉੱਥੇ ਹੀ ਸੀ ਕਾਰਾਦਮੂ ਬੀਓ ਦੇ ਨਾਲੇ ਸੀ ਉੱਥੇ ਰਾਜਬਹਾਦਰ ਸ਼ਾਹ ਕਰ ਰਿਹਾ ਸੀ ਆਗਰੇ ਔਰੰਗਜ਼ੇਬ ਦੀ ਸਲਾਹ ਨਾਲੇ ਕਰ ਰਿਹਾ ਸੀ ਬਹਾਦਰ ਸ਼ਾਹ ਤੋਂ ਚਿੱਠੀ ਨਹੀਂ ਲਿਖਾਈ ਦਸਨ ਪਾਸ਼ਾ ਨੇ ਔਰੰਗਜ਼ੇਬ ਤੋਂ ਲਿਖਾਈ ਹੈ ਜੁਮੇਵਾਰੇ ਔਰੰਗਜ਼ੇਬ ਦੀ ਨਾਲ ਕਲਾ ਛੱਡਿਆ ਬਹਾਦਰ ਸ਼ਾਹ ਦੀ ਜੁਮੇਵਾਰੀ ਕੋਈ ਨਹੀਂ ਹੁੰਦਾ ਉਹਦੇ ਬਿਹਾਫ ਤੇ ਰਾਜ ਕਰ ਰਹੇ ਹਨ ਔਰੰਗਜ਼ੇਬ ਦੇ ਬਿਹਾਫ ਤੇ ਬੈਠਾ ਜਦੋਂ ਗਵਰਨਰ ਹੋ ਗਿਆ ਸੂਬਾ ਹੁੰਦਾ ਤਾਂ ਕੱਲ ਵੀ ਜਗਾ ਵੀ ਦੇਵਤੀ ਉਹਨੇ ਕੁਛ ਦਿਨ ਉੱਥੇ ਰਹੇ ਵੀ ਨੇ ਜਾਂ ਉਹ ਉੱਥੋਂ ਕਹਾਂ ਜਾਂਦੇ ਨੇ ਕੁਛ ਦੂਰ ਤਾਂ ਪਿੱਛੋਂ ਖਬਰ ਆਈ ਬਾਦਸ਼ਾਹ ਨੇ ਭੇਜੀ ਕਿ ਮੇਰਾ ਜਾ ਪਿਤਾ ਹੈ ਔਰੰਗ ਦੇਵੋ ਫੌਤ ਹੋ ਗਿਆ ਮਰ ਗਿਆ ਚੜਾਈ ਕਰ ਗਿਆ ਤੁਹਾਡਾ ਕਹਾਂ ਜਾਣ ਦਾ ਕੋਈ ਫਾਇਦਾ ਨਹੀਂ ਤਾਰਾ ਆਦਮ ਫੌਜਾਂ ਲੈ ਕੇ ਆਇਆ ਮੇਰੇ ਤੇ ਢੜਾਈ ਕਰਕੇ ਤੇ ਤੁਸੀਂ ਆ ਜਾਓ ਆਪਾਂ ਉਹਨੂੰ ਮਿਲ ਕੇ ਉਹਦਾ ਮੁਕਾਬਲਾ ਕਰੀ ਤੇ ਦਸਮ 500 ਤੋਂ ਪਿੱਛੇ ਮੁੜੇ ਆਉਂਦੇ ਆਂ ਅਗਰੇ ਅਗਰੇ ਨੂੰ ਢੁੜੇ ਆਉਂਦੇ ਨੇ ਕੁਝ ਦਿਨ ਦੇ ਬਿਤੇ ਹੋਣਾ ਸੀ ਉੱਥੋਂ ਕਿਹੜਾ ਉਹਨੇ ਹਵਾਈ ਜਹਾਜ਼ ਸੀ ਵੀ ਆ ਇੱਕਦਮ ਬੰਬਾਰੀ ਕਰ ਦੇਣੀ ਸੀ ਜਦੋਂ ਅਰੰਗ ਦੇ ਮਰਦਾ ਉੱਥੋਂ ਬਾਦ ਉੱਥੋਂ ਜਦੇ ਹੀ ਬੰਦੇ ਜਿਹੜੇ ਬਾਦ ਅਛਾਦੇ ਨੇ ਧੜੇ ਦੇ ਉਹ ਜਦੇ ਹੀ ਆਪਣੀ ਖਬਰ ਭੇਜ ਦਿੰਦੇ ਨੇ ਵੀ ਆ ਕੁਛ ਹੋ ਗਿਆ ਬਈ ਤੇਰੇ ਤੇ ਹਮਲਾ ਕਰਨ ਦੀ ਸਕੀਮ ਹੋ ਰਹੀ ਹੈ ਤੂੰ ਤਕੜਾ ਹੋ ਜਾ ਆਪਣਾ ਕਹਿਣ ਹੋ ਜਾ ਬਜੀਦਾ ਵੀ ਉਹਦੇ ਧੜੇ ਦਾ ਸੀ ਤਾਰਾ ਆਦਮ ਦੇ ਬਜੀਤ ਖਾਨ ਵਜ਼ੀਰ ਖਾਨ ਤਾਰਾ ਆਦਮ ਦੇ ਧੜੇ ਦਾ ਸੀ ਪਹਾੜੀ ਰਾਜੇ ਸਾਰੇ ਤਾਰਾ ਆਦਮ ਦੇ ਧੜੇ ਦੇ ਸੀ ਹਿੰਦੂ ਤੋਂ ਸਾਰਾ ਤਾਰਿਆਂ ਤਾਰਾ ਆਦਮ ਦੇ ਧੜੇ ਦਾ ਸੀ ਪੱਥਰਪੂਰ ਸਾਹਿਬ ਤਾਰਾਦਮ ਦੇ ਉਹਨੇ ਤਾਂ ਰਾਜ ਕਰਨਾ ਸੀ ਨਾ ਤਾਰਾਦਮ ਨੇ ਬਾਈ ਉਹ ਕਰੋ ਰੁਕ 10 ਪਾਛਾ ਮੁੜੇ ਆਉਂਦੇ ਨੇ ਤੇ ਬਾਦਸ਼ਾਹ ਨੇ ਸਾਰੀ ਜ਼ਿੰਮੇਵਾਰੀ ਲੜਾਈ ਦੀ ਜੰਗ ਦੀ ਇਹਨਾਂ ਨੂੰ ਦਿੱਤੀ ਉਹ ਜਾਣਦਾ ਸੀ ਆਨੰਦਪੁਰ ਸਾਹਿਬ ਇਹਨਾਂ ਨੇ ਕਿਵੇਂ ਜੰਗ ਲੜੀ ਛੋਟੀ ਜੀ ਫੌਜ ਨਾਲ ਕਿਰੇ ਦੇ ਵਿੱਚ ਉਹ ਇੱਥੇ ਤਾਂ ਬਹੁਤ ਵੱਡਾ ਕੰਮ ਸੀ ਇਹਦੇ ਕੋਲ ਤਾਂ ਕਾਫੀ ਕੁਝ ਸੀ ਤੁਸੀਂ ਆਪਣੀ ਸਕੀਮ ਨਾਲ ਲੜਾਈ ਲੜਨੀ ਹੈ ਤਾਂ ਉੱਥੇ ਜੋ ਹੋਇਆ ਬਹੁਤ ਲੰਬੀ ਗੱਲ ਹੈ ਤਾਰਾ ਆਦਮ ਮਾਰਿਆ ਗਿਆ ਦਸਮ ਪਾਛਾ ਦੇ ਆਪਣੇ ਤੀਰ ਨਾਲ ਮਾਰਿਆ ਗਿਆ ਐਸੀ ਉਹਨਾਂ ਨੇ ਜੰਗ ਦੀ ਰਚਨਾ ਰਚੀ ਤਾਰਾ ਦਮਾਰਤਾ ਮਾਰਿਆ ਗਿਆ ਬਹੁਤ ਅਸ਼ਾ ਰਾਜਾ ਹੋ ਗਿਆ ਹੁਣ ਉਹ ਤਾਂ ਮਾਰਿਆ ਗਿਆ ਤਾਰਾ ਆਦਮ ਤਾਂ ਲੇਕਿਨ ਉਹਦੇ ਧੜਾ ਤਾਣੇ ਨਾਲ ਮਾਰਿਆ ਗਿਆ ਸਾਰਾ ਹੀ ਨਾ ਨਾ ਤੋਦੇ ਸੀ ਅਫਸਰ ਤੋਦੇ ਸੀ ਲਾਇ ਇਸ ਕਰਕੇ ਦਸਮ ਪਾਸਾ ਗਹ ਨੂੰ ਚਲੇ ਗਏ ਫਿਰ ਕੁਝ ਦਿਨ ਲੈ ਕੇ ਰਹਾ ਤਾਂ ਸੰਤਾਨੋਂ ਉਹ ਕਹਿੰਦੇ ਮਾਨੂੰ 2 ਮਹੀਨੇ ਅਮਨ ਹੋ ਜਾਣ ਦੋ ਮੈਂ ਮੈਂ ਸਾਰੇ ਸੂਬਿਆਂ ਨੂੰ ਬਦਲ ਕੇ ਸੈੱਟ ਕਰਕੇ ਜਿਵੇਂ ਸਰਕਾਰ ਆਉਂਦੀ ਅਫਸਰ ਆਪਣੇ ਹੱਥੇ ਲਈ ਦੇਣ ਵੀਵੇਂ ਸੈਟ ਕਰ ਲਾਂ ਪੂਰੇ ਇੰਡੀਆ ਨੂੰ ਵੀ ਫੇਰ ਮੈਂ ਉਹਨਾਂ ਨੂੰ ਸਜ਼ਾ ਦੇਵਾਂਗੇ ਜੇ ਹੁਣੇ ਕਰਿਆ ਤਾਂ ਬਗਾਵਤ ਹੋ ਜਾਊਗੀ ਇਧਰ ਦੂਰੇ ਬਗਾਵਤ ਕਰਨ ਵਾਲੇ ਉਧਰ ਰਹੇ ਨੇ ਵੀ ਆਪਾਂ ਨੂੰ ਫੇਰ ਵਿੱਚੋਂ ਕਿਉਂਕਿ ਹਿੰਦੂ ਤਾਂ ਸਾਡੇ ਵੀ ਦੁਸ਼ਮਣ ਸੀ ਭਾਈ ਤਾਰੀਏ ਉਧਰ ਕੱਟੜਵਾਦੀ ਸੀ ਇਹ ਇਕੱਠੇ ਹੋ ਜਾਣਗੇ ਇਹਨਾਂ ਨੂੰ ਇੱਕ ਆਪਾਂ ਹਿੰਦੂ ਰਾਜਿਆਂ ਨੂੰ ਅਰਬ ਜਿੱਦ ਨੂੰ ਕਿਵੇਂ ਪਾਰਨਾ ਇੱਕ ਤਾਂ ਇਹ ਸੀ ਇਕੱਠੀ ਤਾਕਤ ਤੋਂ ਅਡੜ ਕੇ ਕਰਨੀ ਹੈ ਇਹ ਪਲਾਨ ਹੈ ਉਹਨਾਂ ਦੀ ਤਾਕਤ ਨੂੰ ਡਿਵਾਈਡ ਕਿਵੇਂ ਕਰਨਾ ਹੈ ਤਾਂ ਆਪਾਂ ਕਾਮਯਾਬ ਹੋ ਸਕਦੇ ਹਾਂ ਸਜਾ ਦੇਣ ਦੇ ਵਿੱਚ ਜੇ ਬਾਈ ਤਾਰੀਖਾ ਨੂੰ ਇਕੱਠੇ ਰਹੇ ਫਿਰ ਮੁਸ਼ਕਲ ਹੈ ਆਪਾਂ ਨੂੰ ਇਸ ਪਲਾਨ ਤੇ ਕੰਮ ਸ਼ੁਰੂ ਹੋ ਗਿਆ ਦੋ ਮੀਟਿੰਗਾਂ ਹੋਈਆਂ ਪਹਿਲਾਂ ਉਹਨੇ 2 ਮਹੀਨੇ ਦਾ ਲਿਆ ਫੇਰ ਆਇਆ ਫੇਰ 2 ਮਹੀਨੇ ਦਾ ਲਿਆ ਟਾਈਮ ਉਹੀ ਰਕਾਰਡ ਨਗੀਨਾ ਘਾਟ ਹੈਗੇ ਨੇ ਉੱਥੇ ਸਾਰੀ ਕਹਾਣੀ ਦਾ ਪਤਾ 30 ਵਾਰ ਫੇਰ ਉਹ ਟਾਈਮ ਮੰਗਣ ਲੱਗਿਆ ਦਸ ਬਾਸ਼ ਨੇ ਕਹਿੰਦਾ ਨਹੀਂ ਹੁਣ ਨਹੀਂ ਟਾਈਮ ਦੇਣਾ ਕਿਉਂ ਉਹਨਾਂ ਨੂੰ ਆਪਣਾ ਪਤਾ ਸੀ ਮੇਰਾ ਜਿਹੜਾ ਹੈਗਾ ਸਮਾਂ ਥੋੜਾ ਹੈ ਆਪਣਾ ਪਤਾ ਸੀ ਉਹਨਾਂ ਕਹਿੰਦੇ ਹੁਣ ਨਹੀਂ ਟਾਈਮ ਹੈ ਉਹ ਕਹਿੰਦਾ ਵੀ ਹੁਣ ਨਹੀਂ ਟਾਈਮ ਤਾਂ ਤੁਸੀਂ ਜਿਵੇਂ ਮਰਜ਼ੀ ਹੋਵੇਂ ਕਰ ਲੋ ਤੁਸੀਂ ਆਪਣੀ ਸਕੀਮ ਨਾਲ ਕੰਮ ਕਰ ਲੋ ਬਹਾਦਰ ਸਾਹਿਬ ਪਿਛੇ ਪਿਛੇ हट ਗਿਆ ਕਸਮ ਪਾ ਕੇ ਉਹਨੂੰ ਕਹਿੰਦਾ ਤੁਸੀਂ ਜਿਵੇਂ ਕਹਿੰਦੇ ਹੋਵੇਂ ਕਰ ਲੋ ਫਿਰ ਪ੍ਰੈਨ ਹੈ ਬਣਿਆ ਕਿ ਸਿੰਘ ਜਾਣ ਗਏ ਤੋਂ 25 ਤੋਂ ਆਪਣਾ ਇੱਕ ਏਜੰਟ ਭੇਜ ਨਾਲ ਭੇਜ ਬੰਦਾ ਜਿਹੜਾ 22 ਧਾਰੀਏ ਰਾਜਿਆਂ ਨੂੰ ਇਹ ਕਹੇ ਵੀ ਤੁਹਾਡੇ ਨਾਲ ਕੋਈ ਵੀ ਗੁੱਸਾ ਨਹੀਂ ਬਾਦਸ਼ਾਹ ਦਾ ਤੁਸੀਂ ਚੰਗਾ ਨਹੀਂ ਸਪੋਰਟ ਕਰਨੀ ਹੈ ਸਿਰਫ ਸਾਹਿਬਜ਼ਾਦਿਆਂ ਦਾ ਬਦਲਾ ਲੈਣਾ ਹੋਰ ਕੁਝ ਨਹੀਂ ਬਾਕੀ ਜਿਹੜਾ ਜੰਗ ਛੋ ਗਿਆ ਹੋ ਗਿਆ ਜੰਗ ਦਾ ਨਹੀਂ ਕੋਈ ਰੌਲਾ ਹੁੰਦਾ ਚਮਕੌਰ ਸਾਹਿਬ ਦੀ ਜੰਗ ਛੋ ਗਿਆ ਕੋਈ ਰੌਲਾ ਨਹੀਂ ਸਰਸਤੇ ਜੰਗ ਹੋ ਗਈ ਉਹਦਾ ਕੋਈ ਰੌਲਾ ਨਹੀਂ ਉਹ ਜੰਗ ਦੇ ਦੋੇ ਤਰ੍ਹਾਂ ਮਾਰਦੇ ਸਿਰਫ ਸਾਹਿਬਜ਼ਾਦਿਆਂ ਤੇ ਜਿਹੜੀ ਛੋਟਿਆਂ ਤੇ ਹੋਈ ਹੈ ਉਹਦਾ ਬਦਲ ਲੈਣਾ ਇਹ ਗੱਲ ਕਹੀ ਗਈ। ਬਾਕੀ ਜਿਹੜਾ ਤੁਸੀਂ ਪੈਸਾ ਦਿੰਨੇ ਹੋ ਸੈਂਟਰ ਗਵਰਨਮੈਂਟ ਨੂੰ ਉਹ ਸਾਰਾ ਖਾਲਸੇ ਨੂੰ ਦਿਓ ਪੈਸਾ ਇਹਨਾਂ ਨਾਲ ਜੰਗ ਲੜਨੀ ਹੈ ਉੱਥੇ ਸਜ਼ਾ ਦੇਣੀ ਹੈ ਵਜੀਦੇ ਨੂੰ ਇਹ ਚਿੱਠੀਆਂ ਲਿਖ ਕੇ ਜਿਹੜੇ ਸਾਰੇ ਉਹ ਬੰਦੇ ਬਾਦ ਅਨੁਪਕਾ ਪਹਾੜਿਆ ਸੀ ਹਿੰਦੂ ਭੇਜਣਾ ਪੈਣਾ ਸੀ ਹੋਰ ਕੋਈ ਹਿੰਦੂ ਉੱਥੇ ਕੌਣ ਸੀ ਹਜੂਰ ਸਾਹਿਬ ਕੌਣ ਹਿੰਦੂ ਸੀ ਕਿਹਨੂੰ ਭੇਜਦੇ ਦੋਸੋ ਉਹ ਤਾਂ ਭੇਜ ਨਹੀਂ ਸਕਦੇ ਸੀ ਆਦਮੀ ਉਹਦੇ ਦੀ ਬੋਲੀ ਹੋਰ ਇਹਦੇ ਦੀ ਹੋਰ ਬੰਦਾ ਇਹ ਸੀ ਭੇਜਣ ਹੋਰ ਕੋਈ ਥਾ ਹੀ ਨਹੀਂ ਉਹਨਾਂ ਕੋਲ ਬੰਦਾ ਔਰ ਸਾਧੂ ਬੰਦਾ ਇਹ ਤੇ ਕੋਈ ਸ਼ੱਕ ਨਹੀਂ ਹਾਲਾਂਕਿ ਬੰਦੇ ਬਾਹਰ ਦਾ ਕਰੈਕਟਰ ਆਪਣਾ ਬਹੁਤਾ ਚੰਗਾ ਨਹੀਂ ਸੀ ਸੰਤ ਨਹੀਂ ਸੀ ਉਹ ਜਦੋਂ ਉਹ ਗਏ ਨੇ ਉਹ ਵੀ ਕਹਾਣੀ ਪਤਾ ਹੈ ਕਿਹਾ ਜਾਂ ਸੰਤ ਸੀ ਸੰਤਾ ਵਰਗਾ ਚੰਗਾ ਸੰਤ ਨਹੀਂ ਸੀ ਪੜਾ ਸੰਤ ਸੀ ਸੰਤਾ ਦੀ ਬੇਇੱਜ਼ਤੀ ਕਰਦਾ ਸੀ ਇਹ ਲਫੰਗਾ ਸੀ ਇਹ ਜਿਹੜੀ ਕੋ ਕਰੈਕਟਰ ਸੰਤਾਲਾ ਨਹੀਂ ਸੀ ਨਸੂਰ ਮੇ ਵਾਲਾ ਸੀ ਇਹ ਤਾਂ ਕੋਈ ਕੁਲਟੀ ਵਾਲਾ ਨਹੀਂ ਸੀ ਸਿਰ ਭੇਜਿਆ ਇਹਨੇ ਬਾਈਤਾਰੀਆ ਰਾਜਾ ਨੂੰ ਜਾ ਕੇ ਉਹਨਾਂ ਦੀ سپورਟ ਖਾਲਸਾ ਨਿਕਲਣ ਵਾਸਤੇ ਬਾਈਤਾਰੀਆਂ ਦੇ ਇਲਾਕੇ 'ਚ ਖਾਲਸਾ ਚਾਹੂਗਾ ਇਹਨਾਂ ਨੂੰ ਤੁਸੀਂ ਇਹਨਾਂ ਦੀ سپورਟ ਕਰ ਸਕਦੇ ਹੋ ਇਹਨਾਂ ਦੇ ਖਿਲਾਫ ਤਾਂ ਨਹੀਂ ਕਰ ਸਕਦੇ ਇਹ ਬਾਈਤਾਰੀਆਂ ਨੂੰ ਵੀ ਫਾਇਦਾ ਸੀ ਪਰ ਜਿਹੜੀ ਜਿਹੜੀ ਦਵਾਰ ਰੱਖਦੇ ਸੀ ਉਹਨਾਂ ਤੇ ਮੁਸਲਮਾਨ ਲਾਹੌਰ ਵਾਲੇ ਦਵਾਰ ਰੱਖਦੇ ਸੀ ਉਹਨਾਂ ਤੇ ਉਹ ਅਗਰ ਆਉਂਦੇ ਤੇ ਟੈਕਸ ਇਹਨਾਂ ਤੇ ਲਾਹੌਰ ਵਾਲੇ ਉਹਨਾਂ ਨੇ ਕਿਹਾ ਸਾਨੂੰ ਸਮਝਾਉਂਗਾ ਸਾਡੇ ਮੁਸਲਮਾਨਾਂ ਦੇ ਖਿਲਾਫ ਸਾਨੂੰ ਸਿੰਗਾ ਨਹੀਂ ਬਦਲ ਲੈਣ ਇਹ ਕਰਕੇ ਬੰਦਾ ਬਹਾਦਰ ਨੂੰ ਉਹਨਾਂ ਨੇ ਆਪਣੇ ਫੌਜ ਦਾ ਇੱਕ ਫੌਜੀ ਕਮਾਂਡਰ ਬਣਾ ਕੇ ਉਹਦੇ ਸਿਰ ਤੇ ਉਹਦੀ ਵਰਦੀ ਮੁੰਗਲ ਫੌਜ ਵਾਲੀ ਆ ਉਹਦੇ ਸਿਰ ਤੇ ਟੋਪ ਲੋਹੇ ਦਾ ਹੈ ਦਸ਼ਮ ਪਾਸ਼ਾ ਨੇ ਉਹਨੂੰ ਕੋਈ ਸ਼ਿਕਾਇਤ ਹੋਵੇ ਅਮਰਤ ਇਹ ਬਿਲਕੁਲ ਇਹ ਨਰਮੂਲ ਗੱਲ ਹੈ ਝੂਠ ਹੈ ਬੰਦਾਬਾਦ ਰਸੰਗ ਤਾਂ ਹੈ ਹੀ ਨਹੀਂ ਉਹ ਮਾਦੋ ਦਾ ਸੋਦਾ ਨਾ ਜੇ ਉਹਨੂੰ ਸ਼ਿਕਾਇਤ ਦੇ ਬੰਦਾਬਾਦ ਨਹੀਂ ਸੀ ਨਾਮ ਰੱਖਣਾ ਉਹਦਾ ਉਹਦਾ ਮਾਦੋ ਸਿੰਘ ਨਾਮ ਰੱਖਦੇ ਜਿਵੇਂ ਦਿਆਰਾਮ ਦਾ ਦਿਆ ਸਿੰਘ ਰੱਖਦਾ ਹਮਦਰਾਮ ਦਾ ਹਮ ਸੰਦੇ ਰਖਤਾ ਨਾਲ ਸੰਦੇ ਲਾਇਆ ਸੀ ਇਹ ਬੰਦਾ ਕਿਉਂ ਹੋਇਆ ਜਿਹੜਾ ਨੋ ਬੰਦਾ ਬਹਾਦਰ ਇਹ ਵੀ ਗੱਲ ਗਲਤ ਹੈ ਉਹ ਕਹਿੰਦਾ ਮੈਂ ਤੇਰਾ ਬੰਦਾ ਇਹ ਵੀ ਗੱਲ ਗਲਤ ਹੈ ਸਿਰਫ ਇਹ ਵੀ ਇਹਨਾਂ ਦੀ ਬਣਾਈ ਹੋਈ ਕਹਾਣੀ ਹੈ ਜਦੋਂ ਸੰਪਾਸ਼ ਨੂੰ ਕਹਿੰਦੇ ਵੀ ਤੂੰ ਕੌਣ ਹੈ ਮੈਂ ਜੀ ਤੁਹਾਡਾ ਬੰਦਾ ਇਹ ਵੀ ਗੱਲ ਗਲਤ ਹੈ ਇਹ ਸੰਤਾਂ ਦੀ ਭਾਸ਼ਾ ਹੀ ਨਹੀਂ ਹੈਗੀ ਇਹ ਬੰਦਾ ਕਹਿਣ ਦੀ ਉਹ ਤਾਂ ਬਹਾਦਰ ਸ਼ਾਹ ਨੇ ਇੱਕ ਬੰਦਾ ਭੇਜਿਆ ਆਪਣਾ ਨਾਲ ਇੱਕ ਬੰਦਾ ਕੌਣ ਮਾਦੋਦਾਸ ਬਹਿਰਕੀ ਉਹ ਬਹਾਦਰ ਸ਼ਾਹ ਦਾ ਬੰਦਾ ਸੀ ਨਾਲ ਸਪੋਰਟ ਵਾਸਤੇ ਆਈਡੈਂਟੀਟੀ ਵੀ ਸਰਕਾਰ ਨਾਲ ਹੈ ਸਰਕਾਰ ਦੀ ਆਈਡੈਂਟੀਟੀ ਸੀ ਬਾਕੀ ਚਿੱਠੀਆਂ ਸੀ ਜਿਹੜੀ ਸਰਕਾਰ ਬਹਾਦਰ ਸ਼ਾਹ ਦੇ ਨਾਲ ਅਫਸਰ ਸੀ ਉਹਨਾਂ ਨੂੰ ਵੇ ਤੁਸੀਂ ਅੰਦਰ ਖਾਨੇ ਖਾਲਸੇ ਦੀ ਉਦਦ ਕਰਦੀ ਹੈ ਸਭ ਗੁਪਤ ਤਰੀਕੇ ਨਾਲ ਕੰਮ ਹੋਇਆ ਸਭ ਗੁਪਤ ਤਰੀਕੇ ਨਾਲ ਪਤਾ ਨਾ ਲੱਗੇ ਕਿਸ ਨੂੰ ਕੀ ਹੋ ਕੌਣ ਕਰ ਰਿਹਾ ਕੀ ਹੋ ਰਿਹਾ ਇਹ ਕਰਕੇ ਉਹ ਨਾਲ ਪੰਜ ਪਿਆਰੇ ਤੇ ਜੇ ਬਾਬਾ ਬਾਦਸਿਓ ਉਹਨਾਂ ਦੇ ਨਾਮ ਸਾਰੇ ਲਿਖੇ ਨੇ ਸਾਡੇ ਕੋਲ ਹੁਣ ਦਸਮ ਪਾਸ਼ਾ ਪੰਜ ਪਿਆਰਿਆਂ ਦੇ ਥੱਲੇ ਤਾਂ ਆਪ ਜਲਦੇ ਰਹੇ ਨੇ ਬੰਦਾਬਾਦ ਚ ਕੀ ਕੁਆਲਿਟੀ ਸੀ ਬੰਦਾਬਾਦ ਭੇਜਦਾ ਇਹ ਤਾਂ ਮੀਣਿਆਂ ਦੇ ਗੱਲਾਂ ਬਣਾਈਆਂ ਹੋਈਆਂ ਨੇ ਕਿ ਬੰਦਾਬਾਦ ਵੀ ਖੋਟਾ ਹੋ ਗਿਆ ਪਿੱਛੋਂ ਉਹੜੇ ਖੋਟੇ ਸੀ ਜਿਹੜੇ ਪਹਿਲਾਂ ਸਰਕਾਰ ਨਾਲ ਵਾਲੇ ਹੋਏ ਸੀ ਜਿਨ੍ਹਾਂ ਨੇ ਚਮਕੌਰ ਸਾਹਿਬ ਘੇਰਾ ਪਾਇਆ ਸੀ ਮੁਲਖੀਏ ਇਹ ਉਹਨਾਂ ਨੂੰ ਫੌਜ ਦੇ ਵਿੱਚ ਭਰਤੀ ਕਰਾਉਣ ਵਾਸਤੇ ਭੇਜਿਆ 22 ਧਾਰੀਆਂ ਨੇ ਜਿਹੜੇ ਦੂਏ ਬੰਦੇ ਤੇ ਸ੍ਰੀ ਚੰਦ ਐਂਡ ਕੰਪਨੀ ਸ੍ਰੀ ਚੰਦ 22 ਧਾਰੀਆਂ ਕੋਲੇ ਰਹਿ ਹੁਣ ਵੀ ਉਹਨੇ ਬੈਠਾ ਉਹਨਾਂ ਦੇ ਰਸੂਖ ਨਾਲ ਥੱਲੇ ਵਾਲੀ ਫੌਜ ਇੱਥੇ ਭਰਤੀ ਹੋਈ ਹੈ ਜਿਨ੍ਹਾਂ ਨੇ ਮਸਲਮ ਬੜੀਆਂ ਨੇ ਬਾਅਦ ਦੇ ਵਿੱਚ ਉਹ ਗੁਰੂ ਘਰ ਨਾਲ ਤਾਂ ਉਹਨਾਂ ਦਾ ਕੋਈ ਮਿਲ ਹੈ ਨਹੀਂ ਸੀ ਉਹ ਫੌਜ ਭਰਤੀ ਹੋਈ ਹੈ ਬਾਈ ਧਾਰੀਆਂ ਦਾ ਪੈਸਾ ਚੱਲਦਾ ਸੀ ਪੈਸਾ ਵੀ ਤਾਂ ਕਿਤੇ ਖਜ਼ਾਨਾ ਹੋਣੀ ਸੀ ਪੈਸਾ ਬਾਈ ਧਾਰੀਆਂ ਦਾ ਸੀ ਚੱਲਦਾ ਕੁਝ ਮਾਲ ਟੈਕਰੀ ਦੇ ਵਿੱਚ ਕੋਈ ਤਸੀਲ ਆ ਜਿਹੜੀ ਸੋਨੀਪੱਤ ਸੀ ਉਹਨਾਂ ਨੇ ਕਿਹਾ ਪੈਸਾ ਦੋ ਸੋਨੀਪੱਤ ਤਸੀਲ ਨੂੰ ਚੋ ਲੈ ਲਿਓ ਜਾ ਕੇ ਦਿੱਲੀ ਦਿੱਲੀ ਆ ਕੇ ਸੋਨੀਪੱਤ ਦੀ ਤਸੀਲ ਚੋਂ ਪੈਸਾ ਲਿਆ ਤਸੀਲ ਵਾਲਿਆਂ ਨੂੰ ਪਹਿਲਾਂ ਕਹਤਾ ਵੀ ਤੁਸੀਂ ਕੁਝ ਨਹੀਂ ਕਹਿਣਾ ਇਹਨਾਂ ਨੂੰ ਗੱਲ ਇਹ ਬਣਾਈ ਵੀ ਤੁਸੀਂ ਲੁੱਟ ਲਈ ਖਾਲਸੇ ਨੇ ਕੋਈ ਉਹ ਤੇ ਜਖਮ ਨਹੀਂ ਆਇਆ ਕੋਈ ਲੜਾਈ ਨਹੀਂ ਹੋ ਕੋ ਪੈਸਾ ਚਾਹੀਦਾ ਸੀ ਸਰਕਾਰ ਦਾ ਪੈਸਾ ਸੀ ਸੋਨੇ ਪਤੋ ਪੈਸਾ ਲਿਆ ਉਹਨਾਂ ਨੇ ਤੁਸੀਂ ਖਜ਼ਾਨੇ ਚ ਉਹਦੇ ਨਾਲ ਬੰਦੇ ਭਰਤੀ ਕੀਤੇ ਨੇ ਇਹ ਸਾਰਾ ਇਤਿਹਾਸ ਕੁਝ ਅਸਲੀਅਤ ਕੁਛ ਹੈ ਸਾਡੇ ਕੋਲ ਕੁਝ ਹੋਰ ਹੈ ਸਾਰਾ ਪੰਦਾ ਵਹਤਾ ਤਾਂ ਕੋਈ ਪਿਕਚਰ ਦੇ ਵਿੱਚ ਨਹੀਂ ਕੋਈ ਜੰਗ ਦੇ ਵਿੱਚ ਕਦੇ ਮੂਰੇ ਹੈ ਹੀ ਨਹੀਂ ਲੜਦਾ ਹੀ ਨਹੀਂ ਉਹ ਹੁਣ ਵੀ ਉਹ ਟਿੱਬੇ ਤੇ ਬੈਠਾ ਪਿੱਛੇ ਉਹ ਜਿੱਥੇ ਉਹ ਬਣਾਇਆ ਨਾ ਚੱਪੜਚੜੀ ਟਿੱਬੇ ਤੇ ਬੈਠਾ ਉਹ ਕੋੜੇ ਤੇ ਜੜਿਆ ਹੈ ਕਿਤੇ ਕੋੜੇ ਤੇ ਜੜਿਆ ਲੜਦਾ ਦਿਖਾਓ ਮੂਰੇ ਕਿਤੇ ਅਗਵਾਈ ਕਰਦਾ ਫੌਜੀ ਦਿਖਾਓ ਨਹੀਂ ਫੋਟੋ ਕਿੱਥੇ ਉਹ ਤਾਂ ਪਿੱਛੇ ਖੜਾ ਸਾਰਿਆਂ ਨੂੰ ਸਿਰ ਤੇ ਕੱਲਾਣਾ ਟੋਪ ਹੈ ਜੋ ਚੱਪੜ ਚਿੜੀਆਂ ਨੇ ਉਹਦੀ ਬਣਾਈ ਉਹ ਤੇ ਵੀ ਕਲਾਲਾ ਟੋ ਬਣਾਇਆ ਹੋਇਆ ਫਿਰ ਤੂੰ ਝੂਠ ਬੋਲੀ ਜਾਂਦੇ ਝੂਠ ਕਿਉਂ ਬੋਲਦੇ ਏ ਅਸਲ ਚ ਉਹ ਹੀ ਬੰਦੇ ਬਹਾਦਰ ਉਹ ਹੀ ਬੰਦਾ ਬਹਾਦਰ ਜਿਹੜਾ ਸੀਗਾ ਨਾ ਬੰਦਾ ਨਾ ਬੰਦਾ ਸਿੱਕਤਾ ਨਹੀਂ ਬੰਦਾ ਜਿਹੜਾ ਮਾਧੋ ਦਾਸ ਕਹੋ ਤੁਸੀਂ ਬਰਾਗੀ ਉਹ ਹੀ ਮਾਧੋ ਦਾਸ ਬਰਾਗੀ ਹੈ ਜਿਹੜਾ ਅਾਗੇ ਇੱਥੇ ਆਗੇ ਤਰਾਹ ਦੇ ਵਿੱਚ ਜੋ ਸੀਗੇ ਆ ਜੋ ਰਾਹ ਦੇ ਵਿੱਚ ਹੀ ਸੀ ਇਹ ਦਸਮ ਪਾਸ਼ਾ ਦਾ ਪਤਾ ਲੱਗਿਆ ਵੀ ਸਰੀਰ ਛੱਡ ਕੇ ਇਹ ਤਾਂ ਉੱਥੇ ਹੀ ਮੁੜ ਲੰਘਿਆ ਸੀ ਵੀ ਹੁਣ ਆਪਾਂ ਨੇ ਕੀ ਕਰਨਾ ਹੈ ਬਾਬਾ ਬਾਸ ਉਹਨਾਂ ਨੇ ਕਹਿ ਬਿਆ ਅਸੀਂ ਜਾਵਾਂਗੇ ਗੁਰਿਆਈ ਤਾਂ ਸਾਡੇ ਕੋਲ ਹੈ ਸਾਡੀਆਂ ਸਾਡੀਆਂ ਮਤਲਬ ਵਾਹਾਂ ਚ ਜੋਰ ਹੈਗਾ ਪਲਟਾ ਬਦਲ ਲੈਣ ਦਾ ਤੂੰ ਜਾਣਾ ਤੂੰ ਮੁੜ ਜਾ ਹੁਣ ਉਹ ਕਿਵੇਂ ਮੁੜਦਾ ਬਾਹਦਰ ਸ਼ਾਹ ਤਾਂ ਦੰਦਾ ਸੀ ਮੁੜ ਕੇ ਮੈਂ ਜਾਂਦਾ ਤੇ ਤੂੰ ਮੁਰਨਾ ਮੁੜ ਜਾ ਅਸੀਂ ਨਹੀਂ ਮੁੜਨਾ ਬਾਹਦਰ ਸ਼ਾਹ ਉਹ ਉਸ ਏਰੀਏ 'ਚ ਸੀ ਪਰਲੇ 'ਚ ਉੱਥੇ ਮਿਲਿਆ ਸੀ ਦਸਨ ਪਾਸ਼ਾ ਨੂੰ ਕਿਉਂਕਿ ਕਮਾਂਡ ਬਾਹਦਰ ਸ਼ਾਹ ਨੇ ਖੁਦ ਸੰਭਾਲੀ ਜਾ ਕੇ ਦੇਖਣ ਦੀ ਜਿੱਤੇ ਤਾਰਾ आजम ਪਰ ਔਰੰਗਜ਼ੇਬ ਲੜ ਰਿਹਾ ਤੇ ਦਖਣ ਦੇ ਲੋਕ ਆ ਜੋ ਸ਼ਾਂਤ ਨਹੀਂ ਸੀ ਹੋਏ ਬਾਦਸ਼ਾਹ ਛੱਡ ਕੇ ਆਗਰਾ ਉੱਥੇ ਆਪ ਕਮਾਨ ਸੰਭਾਲ ਲਿਆ ਉੱਥੇ ਹੀ ਮੀਟਿੰਗਾਂ ਹੁੰਦੀਆਂ ਰਹੀਆਂ ਹਜ਼ੂਰ ਸਾਹਿਬ ਦਸਮ ਪਾਸ਼ਾ ਨਾਲ ਪਰ ਸ਼ਾਂਤੀ ਹੋ ਗਈ ਉੱਥੇ ਛੇਤੀ ਦਸਮ ਪਾਸ਼ਾ ਦੀ ਬਜਾ ਨਾ ਬਾਦਸ਼ਾਹ ਨੇ ਜਿਹੜੀਆਂ ਗੱਲਾਂ ਸੀ ਕਿ ਉਹਨਾਂ ਦੀਆਂ ਮੰਨ ਲੀਆਂ ਤਾਰਾ ਜੀ ਹਿੰਦੂ ਸੀ ਕਿ ਉਹ ਸ਼ਾਂਤ ਹੋ ਕੇ ਕਿਉਂ ਇਹ ਤਾਂ ਨਰਮਦਲਿਆ ਸੀ ਬਾਦ ਅਸੇ ਇਦਾਂ ਨੂੰ ਸ਼ਾਂਤ ਹੋ ਗਏ ਸਹਿਮਤ ਹੋ ਗਏ ਉਹਦਾ ਟਿਕਾ ਕਰਤਾ ਪਰਲੇ ਪਾਸੇ ਇੱਧਰ ਆ ਕੇ ਬੰਨਾ ਬਾਦਖਨ ਨਾਲ ਆ ਗਿਆ ਉਥੋਂ ਮੋੜ ਨਹੀਂ ਸਕਿਆ ਪਿਛੇ ਨੂੰ ਨਾਲ ਆ ਕੇ ਕੰਮ ਸ਼ੁਰੂ ਹੋਇਆ ਫਿਰ ਉਹਦੀ ਡਿਊਟੀ ਰਹੀ ਜਾਂ ਸਿਰਫ ਪਿੱਛੋਂ ਹਥਿਆਰ ਸਪਲਾਈ ਕਰਨਾ ਭਰਤੀ ਹੋਰ ਕਰਨੀ ਪੈਸੇ ਦੇਣੇ ਵੈਦਾਰੀਆਂ ਨਾਲ ਕੇ ਇਹ ਉਹਦਾ ਸਪਲਾਈ ਲਾਈਨ ਦਾ ਕੰਮ ਉਹਦਾ ਸੀ ਉਹਦੀ ਤੋਂ ਉਹਦਾ ਵਰਦੀ ਦੇਖ ਕੇ ਹੀ ਵਿਸ਼ਵਾਸ ਕੀਤਾ ਉਹਨਾਂ ਨੇ ਦੋਹਾਂ ਨੇ ਜਿਹੜੇ ਫੌਜ ਬਹਾਦਰ ਸ਼ਾਹ ਵਾਲੀ ਬੰਦੇ ਸੀ ਬਹਾਦਰ ਸ਼ਾਹ ਦੇ ਉਹ ਜੋ ਕਹਿੰਦਾ ਸੀ ਉਹਦੇ ਗੱਲ ਬੰਦੇ ਸੀ ਗੁਪਤ ਯਾ ਭਾਈ ਬਹਾਦਰ ਸ਼ਾਹ ਦੀਆਂ ਚਿੱਠੀਆਂ ਨੇ ਮੇਰੇ ਕੋਲ ਐ ਕਰਨਾ ਹੈ ਆਪਾਂ ਨੇ ਪਤਾ ਵੀ ਸੀ ਉਹਨਾਂ ਨੂੰ ਵਿਚਾਰਾ ਤਾਂ ਮਾਰਿਆ ਗਿਆ ਬਈ ਬਹਾਦਰ ਸ਼ਾਹ ਦੀ ਗੱਲ ਮੰਨਣੀ ਹੈ ਉਹ ਖੁਦ ਵੀ ਚੰਗਾ ਨਹੀਂ ਸਮਝਦੇ ਸਾਬਜਦਿਆਂ ਨੂੰ ਸ਼ੀਰ ਕਰਨ ਦੇ ਵਿੱਚ ਉਹ ਜਿਹੜੇ ਬਾਦਸ਼ਾਹ ਦਾ ਰੂਪ ਸੀ ਉਹ ਦੁਖੀ ਸੀ ਉਹ ਦੁਖੀ ਸੀ ਉਹ ਦੁਆਗਰ ਰੂਪਾਇਆ ਦੁਗਰਪ ਤੇ ਖਿਲਾਫੇ ਸੀ ਉਹਨਾਂ ਦੀ ਸਪੋਰਟ ਚ ਰਹੇ ਅੰਦਰਖਾਨ ਨੇ ਸਾਰੇ ਬਾਈਦਾਰਿਆਂ ਦੀ ਮਜਬੂਰੀ ਸੀ ਮਜਬੂਰੀ ਵੀ ਸੀ ਉਹਨਾਂ ਨੂੰ ਫਾਇਦਾ ਵੀ ਸੀ ਉਹਦੇ ਬਾਅਦ ਜਦ ਇਹ ਸਜ਼ਾ ਦਿੱਤੀ ਗਈ ਸਰੰਦ ਨੂੰ ਸਰੰਦ ਵਾਲਾ ਸੂਬਾ ਮਾਰਿਆ ਗਿਆ ਸਨ ਬਗੈਰਾ ਫਿਰ ਬਾਈ ਧਾਰਿਆ ਦੇ ਦਿਮਾਗ ਚ ਆਇਆ ਵੀ ਇਹ ਤਾਂ ਕੰਮ ਹੁਣ ਹੋ ਗਿਆ ਖਰ ਸਿੰਘਾਂ ਦੀ ਜਿਹੜੀ ਚੜਤ ਵੀ ਬਹੁਤ ਹੋ ਗਈ ਮਜ਼ਬੂਤ ਵੀ ਹੁਣ ਕਿਤੇ ਐ ਨਾ ਹੋਵੇ ਵੀ ਸਾਡਾ ਬਦਲ ਤੁਹਾਨੂੰ ਸਜ਼ਾ ਦੇਣ ਲੱਗ ਜਾਣ ਇਹ ਸਾਡਾ ਨੰਬਰ ਆ ਜਾ ਸੀ ਵੀ ਤਾਂ ਕੰਮ ਕੱਟ ਨਹੀਂ ਕੀਤਾ ਇਹਨਾਂ ਨੇ ਇਹ ਜਰ ਤੋਂ ਮਾਰੇ ਉਹਨਾਂ ਨੇ ਬੰਦਾਬਾਦ ਨੂੰ ਪਾੜ ਲਿਆ ਜਿਹੜੀ ਬੰਦੇਬਾਦ ਨੂੰ ਗੱਲ ਕਹੀ ਸੀ ਵੀ ਭਾਈ ਤੂੰ ਵਿਆਹ ਨਹੀਂ ਕਰਾਉਣਾ ਉਹਨਾਂ ਨੂੰ ਪਤਾ ਸੀ ਵੀ ਰਾਜਾ ਨੇ ਪਾੜ ਲੈਣਾ ਇਹਨੂੰ ਉਹਨਾਂ ਨੂੰ ਪਤਾ ਵੀ ਅਸੀਂ ਵੀ ਖਿਲਾਫ ਸੀ ਸਾਡਾ ਨੰਬਰ ਨਾਜਵੇ ਵਿਆਹ ਨਹੀਂ ਕਰਾਉਣਾ ਰਾਜ ਨਹੀਂ ਕਰਨਾ ਰਾਜਤ ਕਰਨ ਦਾ ਤਾਂ ਮਤਲਬ ਇਹ ਕੋਈ ਨਹੀਂ ਸੀ ਬਾਦਸ਼ਾਹ ਦਾ ਬਾਦਸ਼ਾਹ ਦਾ ਸਾਡੇ ਨਾਲ ਹੈ ਰਾਜ ਤਾਂ ਸਾਡਾ ਹੀ ਹੈ ਉਹ ਰਾਜ ਤਾਂ ਸਾਡਾ ਹੀ ਆਇਆ ਬਾਦਸ਼ਾਹ ਨੂੰ ਤਾਂ ਦਸਮ ਬਾਸ਼ਾ ਘੂੜ ਦਿੰਦੇ ਸੀ ਉਹ ਬੋਲਦਾ ਨਹੀਂ ਇਹ ਕਹਿੰਦੇ ਸੁਲਾ ਕਰ ਲਈ ਜੀ ਫਲਨ ਉਹ ਸੁਲਾ ਕੇ ਨਹੀਂ ਗਰੀ ਰਾਜਾ ਸਾਡਾ ਸੀ ਉਹ ਬਾਦਸ਼ਾਹ ਕੰਨ ਫੜਿਆ ਚੇਲਾ ਦਸਮ ਬਾਸ਼ਾ ਦਾ ਇਹ ਗੱਲਾਂ ਕਿਹੜੀਆਂ ਕਰਦੇ ਨੇ ਰਾਜੇ ਸਾਡਾ ਸੀ ਸੁਲਾ ਕੇ ਤਾਂ ਕਰਨੀ ਸੀ ਪੈਸਾ ਤੇ ਥੋਆਇਆ ਦੱਸੋ ਬੰਦੇ ਬਾਦਰ ਕੋ ਪੈਸਾ ਕਿਥੋਂ ਆਉਂਦਾ ਸੀ ਕਿੱਥੋਂ ਲੜਦੇ ਸੀ ਬਾਈ ਧਾਰੀਆਂ ਦੇ ਏਰੀਏ 'ਚ ਅਸੀਂ ਵੜ ਜਾਂਦੇ ਸੀ ਉਹ ਹਮਲਾ ਕਿਉਂ ਨਹੀਂ ਸੀ ਕਰਦੇ ਸਾਡੇ ਤੇ ਇਹ ਸਾਰੇ ਸੁਵਾਲਾਂ ਦੇ ਜਵਾਬ ਕੌਣ ਦੇਊਗਾ ਨਹੀਂ ਮਜ਼ਾਕ ਹੈ ਕਿ ਐਡਾ بڑا ਕੁਝ ਕਰ ਦੇਣਾ ਬਾਪਾ ਬਾਸੋਂ ਨੇ ਘੇਰਿਆ ਨੂੰ ਜੱਬੀ ਜਿੱਦੋਂ ਭਜੇ ਜਾਂਦਾ ਦਾ ਬੰਦਾ ਬਾਦਰ ਕਿੱਥੇ ਸੀ ਉਦੋਂ ਉਹ ਘੇਰ ਲੈਂਦਾ ਫਿਰ ਇਹ ਬੰਦੇ ਬਾਦਰ ਨੇ ਆਰਡਰ ਦਿੱਤਾ ਵੀ ਜਾਓ ਘੇਰੋ ਤੁਸੀਂ ਝੂਠ ਨੂੰ ਸੱਚ ਕਿਵੇਂ ਬਣਾ ਦੋਗੇ ਜਿਹੜਾ ਕਦੇ ਪਿਕਚਰ ਦੇ ਵਿੱਚੇ ਬੰਦਾ ਨਹੀਂ ਐਤੋਂ ਉਨੇ ਰਾਜਕਾਇਮ ਕਰ ਲਿਆ ਤਾਂ ਉੱਥੇ ਸੁਣ ਲੋਰੇ ਪਹਿਲਾਂ ਉਦੋਂ ਹੀ ਉਹਨਾਂ ਨੇ ਉਦੋਂ ਹੀ ਸ਼ੱਕ ਪੈ ਗਈ ਸੀ ਰਾਜ ਬਾਈਧਾਰੀਆਂ ਨੂੰ ਵੀ ਇਹਨਾਂ ਨੂੰ ਬਹਾਦਰ ਸ਼ਾਹ ਨੂੰ ਪਾੜ ਲੋ ਸਿੰਘਾ ਨੂੰ ਜੇ ਰਾਜਕਾਇਮ ਕਰਨਗੇ ਬਹਾਦਰ ਸ਼ਾਹ ਨੂੰ ਪਾੜ ਦੇਣ ਕਿਉਂ ਰਾਜ ਬਹਾਦਰ ਸ਼ਾਹ ਦਾ ਇਹ ਰਾਜ ਦਾ ਕਾਇਮ ਕਰਨਾ ਬਹਾਦਰ ਸ਼ਾਹ ਨੂੰ ਖਾਲਸੇ ਨੂੰ ਪਾੜਨ ਵਾਲੀ ਗੱਲ ਸੀ ਇਹ ਸਰਾਰਤ ਅਸੀਂ ਜਾਣਦੇ ਸੀ ਇਹ ਗੱਲ ਨੂੰ ਅਸੀਂ ਨਿਆਣੇ ਸੀ ਰਾਜੇ ਸਾਡਾ ਸੀ ਬਾਦਰ ਸ਼ਾਹ ਅਸੀਂ ਕਿਉਂ ਕਾਇਮ ਕੀ ਕਰਨਾ ਸੀ ਲੋੜ ਕੀ ਸੀ ਕੰਮ ਕਰਨ ਦੀ ਭਾਇਆ ਜੀ ਤਾਂ ਬੜਿਆ ਅਕੇਲਾ ਸੀ ਇਹ ਥਾਂ ਤੋਂ ਜਿਹੜਾ ਪੁੱਠਾ ਜਿਹੜਾ ਦਿੱਤਾ ਜਿੰਨਾ ਲੋਕਾਂ ਨੂੰ ਸਾਨੂੰ ਸਭ ਪਤਾ ਪਰ ਸਾਬਤ ਕਿਵੇਂ ਕਰਨਗੇ ਜਿਹੜੇ ਤੁਹਾਡੇ ਕੋਲ ਪ੍ਰੂਫ ਨੇ ਜੋੜ ਕੇ ਸਾਰਾ ਕੁਝ ਦੇਖਣਾ ਹੈ ਮੈਂ 로ਹੀ ਬਣੂਗਾ ਜਿਹੜਾ ਹੈਗਾ ਕਹਾਣੀ ਉਹੀ ਬਣੂਗੀ ਰਾਜ ਨੇ ਰਾਜ ਤਾਂ ਸਾਡਾ ਹੀ ਆ ਰਾਜ ਕਿੱਥੋਂ ਕੈਮ ਕਰਨਾ ਉਹਨੇ ਕਿਉਂ ਕੀਤਾ ਰਾਜ ਕਰਨ ਕਿ ਲੋੜ ਪੈਸੀ ਉਹਨੂੰ ਕਿਨੇ ਕਿਹਾ ਸੀ ਮਾਤਾ ਦੇ ਨੌਤੇ ਕਰਦਾ ਮਾਤਾ ਖਰਾਬ ਹੈ ਨਹੀਂ ਕਰਨਾ ਹੈ ਜੇ ਮਾਲਕ ਕਹਿੰਦਾ ਨਹੀਂ ਕਰਨਾ ਤੂੰ ਕੋਣ ਹੋ ਨਾ ਕਰਨ ਵਾਲਾ ਤੈਨੂੰ ਕਿਨੇ ਕਿਹਾ ਤੇਰੀ ਕੀ ਬੁੱਕ ਸੀ ਕੀ ਐ ਸੈੱਟੀ ਬੰਦੇ ਬਹਾਦਰ ਦੀ ਜੇ ਤੂੰ ਸਾਡਾ ਪੰਜ ਪਿਆਰਿਆਂ ਦਾ ਅਮਰਤ ਜੇ ਛਕਿਆ ਪੰਜ ਪਿਆਰਿਆਂ ਦੇ ਚੇਲੇ ਤੂੰ ਪੰਜ ਪਿਆਰਿਆਂ ਦੇ ਹੁਕਮ ਕਰੇਗਾ ਪਹਿਲਾ ਗੱਲ ਹੈ ਜੇ ਤੁਸੀਂ ਬੰਦੇ ਹੋ ਵੀ ਅਮਰਤ ਵੀ ਛਕਿਆ ਚਲੋ ਪੰਜ ਪਿਆਰਿਆਂ ਤੋਂ ਛਕਿਆ ਤੇ ਪੰਜ ਪਿਆਰੇ ਗੁਰੂ ਹੋਇਆ ਕਲਾ ਗੁਰੂ ਹੋਇਆ ਬੰਦਾ ਬਹਾਦਰ ਤੁਸੀਂ ਤਾਂ ਪੰਜ ਪ੍ਰਧਾਨੀ ਪ੍ਰਸਾਦ ਹੀ ਤੋੜਤੀ ਖਤਮੇ ਕਰਤੀ ਅੱਜ ਪੰਜ ਪਿਆਰੇ ਤੁਹਾਡੇ ਕਿੱਥੋਂ ਆ ਗਏ ਫਿਰ ਚਲੋ ਜੇ ਬੰਦਾ ਹੀ ਖਾਲਸਾ ਨਹੀਂ ਹੋ ਤਾਂ ਕੱਲ੍ਹ ਹੈ ਬੰਦਾ ਪੰਜ ਪਿਆਰੇ ਕਿੱਥੋਂ ਆ ਗਏ ਤੁਹਾਡੇ ਕੋਲ ਇਹ ਤਤਖਾਲਸੇ ਦੀ ਮਿਹਰਬਾਨੀ ਹੈ ਤਤਖਾਲਸੇ ਦਾ ਸਟੈਂਡਰਡ ਅਜ ਪੰਜ ਪਿਆਰੇ ਹੈਗੇ ਸਾਡੇ ਕੋ ਉਹ ਹੁੰਦਾ ਕਦਾਂ ਖਤਮ ਕਰ ਦਿੰਦਾ ਤੁਹਾਡੇ ਪੰਜ ਪਿਆਰਾਂ ਵਾਲੀ ਪ੍ਰਥਾ ਹੀ ਖਤਮ ਕਰਤੀ ਸੀ ਉਹਨਾਂ ਨੇ ਕੌਣ ਕਰਾਤੇ ਹਿੰਦੂ ਕਰਾ ਰਹੇ ਸਾਰੇ ਬਨਮਨ ਸ਼ੋ ਉਹ ਤਬਨਮਨ ਸ਼ੋ ਬੰਦੇ ਬਾਦ ਬਾਕੀ ਚਾਰ ਕੌਣ ਨੇ ਉਹਦੇ ਨਾਲ ਪੰਜ ਪਿਆਰੇ ਕਿੱਥੇ ਗਏ ਬੰਦੇ ਬਾਦ ਨੇ ਕਿਸੇ ਨੂੰ ਮੱਢ ਛਾਇਆ ਹੋਵੇ ਸਾਫਤ ਕਰੇ ਕਲੈ ਸ਼ਕਾਉਂਦਾ ਹੋਵੇ ਉਹਨੂੰ ਪੰਜ ਬਾਣੀਆਂ ਆਦ ਹੁਣ ਸਾਬਤ ਕਰੋ ਉਹਦਾ ਮਤਲਬ ਹੈ ਕੋਈ ਨਹੀਂ ਇਹਦੇ ਨਾਲ ਉਹਦਾ ਧਰਮ ਆਪਣਾ ਉਹਦੀ ਚਿੱਠੀ ਹੈ ਵੀ ਮੇਰਾ ਧਰਮ ਆਪਣਾ ਹੈ ਮੈਂ ਤਾਂ ਜੇ ਤੁਹਾਡਾ ਸਿੱਖ ਹੋਇਆ ਨਹੀਂ ਨਾ ਹੋਵਾਂ ਨਾ ਮੈਂ ਹੈਗਾ ਤਾਂ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਬੰਦੇ ਬਾਹਰ ਦਸਦੀ ਅਗਵਾਈ ਵਿੱਚ ਉੱਥੋਂ ਸਿਧਾਂ ਨੂੰ ਭੇਜਿਆ ਗਿਆ ਬੰਦੇਵਾਦ ਨੂੰ ਕਿਉਂ ਭੇਜਿਆ ਗਿਆ ਬੰਦੇਵਾਦ ਨੂੰ ਬਹਾਦਰ ਸ਼ਾਹ ਨੇ ਭੇਜਿਆ ਉਹਦਾ ਬੰਦਾ ਹੈ ਕਿ سپورਟ ਜਿਹੜੀ ਕਰਨੀ ਹੈ 22 ਧਾਰੀਏ ਰਾਜਿਆਂ ਨਾਲ ਤੈਂ ਸੰਪਰਕ ਕਰਕੇ ਉੱਥੋਂ ਇਹਨਾਂ ਨੂੰ سپورਟ ਰਾਸ਼ਨ ਅਮਨੀਸ਼ਨ ਫੌਜੀ ਭਰਤੀ ਉਹ ਤੈਂ ਕਰਵਾ ਕੇ ਦੇਣੀ ਹੈ ਕੋੜਿਆਂ ਨੂੰ ਪੱਠਾ ਤੱਥਾ ਜੋ ਵੀ ਇੰਤਜ਼ਾਮ ਕਰਨਾ ਹੈ ਉਹ ਸਪਲਾਈ ਲਾਈਨ ਤੈਂ ਪਿਛੇ ਕਰਨੀ ਹੈ 22 ਧਾਰੀਆਂ ਤੇ ਕਰਵਾਉਣੀ ਹੈ ਖਥਿਆਰ ਵੀ ਚਾਹੀਦੇ ਨੇ ਖਥਿਆਰ ਨਹੀਂ ਚਾਹੀਦੇ ਰੋ ਤਲਵਾਰਾਂ ਚਾਹੀਦੀਆਂ ਬਰਸਾ ਰੋਜ ਘੋੜੇ ਵੀ ਚਾਹੀਦੇ ਨੇ ਚਾਹੀਦਾ ਕੀ ਨਹੀਂ ਕਿੱਥੋਂ ਆਉਂਦੇ ਹੋ ਕਿਵੇਂ ਲੜਾਈ ਲੜਦੇ ਤੁਸੀਂ ਇਹ ਤਾਂ ਮੂਰਖਾਂ ਨਹੀਂ ਇਕੱਲਾ ਕਰੀ ਜਾਂਦੇ ਨੇ ਕੋਈ ਜੰਗ ਕਿਸੇ ਨੇ ਕੀਤੀ ਕਾਦੀ ਭਾਵੇਂ ਤਾਂ ਪਤਾ ਲੱਗੇ ਤਾਂ ਜੰਗ ਕਿਵੇਂ ਹੁੰਦੀ ਹੁੰਦੀ ਹੈ ਸਰ ਬਾਈ ਤਾਰੀਆ ਜਿਹੜੇ ਰਾਜੇ ਨੇ ਉਹਨਾਂ ਦੀ ਮਜਬੂਰੀ ਸੀ ਖਾਰਸੇ ਨਾਲ ਸਪੋਰਟ ਕਰਨਾ ਕੁਝ ਉਹਨਾਂ ਦੀ ਉਹਨਾਂ ਨੂੰ ਇਹ ਫਾਇਦਾ ਵੀ ਸੀ ਕਿ ਜਿਹੜਾ ਉਹਨਾਂ ਦੇ ਖਿਲਾਫ ਧੜਾ ਹੈ ਮੁਸਲਮਾਨ ਉਹ ਕਮਜ਼ੋਰ ਹੋ ਜਾਣ ਸਰੰਦਾਰਾ ਸੂਬਾ ਦੂਏ ਇਹ ਕਮਜ਼ੋਰ ਹੋ ਜਾਣ ਕੌਣ ਕਰ ਰਿਹਾ ਕਮਜ਼ੋਰ ਦੋ ਦੁਸ਼ਮਣ ਲੜ ਰਹੇ ਨੇ ਉਹਨਾਂ ਦੇ ਦਸ਼ਮਪੈਸ਼ਾ ਵੀ ਦੁਸ਼ਮਣ ਹੈ ਉਹਨਾਂ ਦਾ ਮੁਸਲਮਾਨ ਵੀ ਦੁਸ਼ਮਣ ਹੈ ਤੇ ਭਾਈ ਤਾਰੇ ਨੂੰ ਤਾਂ ਮੌਜ ਹੈ ਉਹ ਤਾਂ ਉਹ ਜਿਹੜਾ ਟੈਕਸ ਸੈਂਟਰ ਗਵਰਨ ਨੂੰ ਦਿੰਦੇ ਸੀ ਉਹੀ ਉਹਨਾਂ ਨੇ ਪੈਸੇ ਦਿੰਦੇ ਉਹਨਾਂ ਦੇ ਦੋਏ ਦੁਸ਼ਮਣ ਲੜ ਰਹੇ ਨੇ ਦੋਏ ਕਮਜ਼ੋਰ ਹੋਏ ਨੇ ਉਹਨਾਂ ਨੂੰ ਕੀ ਨੁਕਸਾਨ ਸੀ ਬਈ ਉਹਨਾਂ ਦਾ ਫਾਇਦਾ ਹੀ ਸੀ ਦਸਮਪਾਤਸ਼ਾਹ ਦੇ ਸਿੰਘ ਵੀ ਦੁਸ਼ਮਣ ਸੀ ਉਹਨਾਂ ਦੇ ਮੁਸਲਮਾਨ ਵੀ ਦੁਸ਼ਮਣ ਸੀ ਦਵਾ ਕੇ ਰੱਖੇ ਤੇ ਗੁਲਾਮ ਰੱਖੇ ਤੇ ਉਹਨਾਂ ਦਾ ਦੋਏ ਦੁਸ਼ਮਣ ਲੜ ਰਹੇ ਨੇ ਉਹਨਾਂ ਨੂੰ ਇਹ ਬੈਨੀਫਿਟ ਸੀ ਲੋਹਾਨ ਦੋਏ ਕਮਜ਼ੋਰ ਹੋ ਰਹੇ ਨੇ ਉਹਦਾ ਜਦ ਵਜੀਦਾ ਮਾਰਿਆ ਗਿਆ ਇਹਨਾਂ ਦੀ ਸਿੰਘਾਂ ਦੀ ਸ਼ਕਤੀ ਜ਼ਿਆਦਾ ਹੋ ਗਈ ਫਿਰ ਉਹਨਾਂ ਨੇ ਖਤਰਾ ਹੋ ਗਿਆ ਵਿਕਤੇ ਸਾਨੂੰ ਬਾਈ ਧਾਰੀਆਂ ਨੂੰ ਨਾ ਹੈ ਗੁਲਾਮ ਬਣਾ ਲਨ ਸਾਡਾ ਰਾਜ ਨਾ ਖੋਲਣ ਸੰਗ ਉਹ ਹੋਇਆ ਵੀ ਰਣਜੀਤ ਨੂੰ ਖੋਇਆ ਨਹੀਂ ਰਣਜੀਤ ਨਾਲ ਲੜਾਈ ਨਹੀਂ ਜਦ ਇਹ ਦੀ ਨਗੀ ਬੰਦੀ ਕਦੋਂ ਅਧੀਨ ਹੋ ਗਏ ਸਾਰੇ ਬਾਈ ਧਾਰੀਏ ਰਣਜੀਤ ਹੁੰਦੇ ਪਤਾ ਇਹਦੀ ਹਿਸਟਰੀ ਹੋ ਨਹੀਂ ਕੋਈ ਲੜਾਈਆਂ ਮੁਸਲਮਾਨਾਂ ਨਾਲ ਲੜੀਆਂ ਨਨਜੀਤ ਸਿੰਘ ਨੇ ਕਾਬਲ ਵਗੈਰਾ ਨਾਲ ਤੇ ਬਾਈਤਾਰੀਆਂ ਦਾ ਤਾਂ ਪਤਾ ਹੀ ਨਹੀਂ ਖਤੋ ਤੇ ਦਿਨ ਹੋ ਗਏ ਇਹ ਤਾਂ ਅੰਦਰੋਂ ਇੱਕੋ ਹੀ ਸੀ ਸਾਰੇ ਮੀਣ ਤੇ ਪਹਿਲੇ ਇੱਕ ਸੀ ਨਨਜੀਤ ਸਿੰਘ ਨਾਲ ਲੜ ਗਏ ਕੋਈ ਮੁਸਲਮਾਨਾਂ ਦੇ ਦੀਨ ਦੀ ਬਜਾਇਆ ਸੀ ਤੇਰੀ ਦੀਨ ਕੀ ਕਬੂਲ ਕਰ ਲੈਣੇ ਖੜੀਆਂ ਰਿਆਸਤਾਂ ਜਿਉਂਦੀਆਂ ਤਿਉਹ ਰਹਿਣਦੇ ਪਰ ਖਾਲਸੇ ਤੋਂ ਇਹ ਡਰਦੇ ਸੀ ਵੀ ਸਾਨੂੰ ਸਜ਼ਾ ਦੇਊਗਾ ਖਾਲਸਾ ਕਿਉਂਕਿ ਵਿਜੀਦਨ ਉਹ ਦਿੱਤੀ ਗਿਆ ਹੁਣ ਇਹ ਜਿਹੜਾ ਸੀਗਾ ਮਲੇਸ਼ ਖਾਨ ਸਾਹਿਬ ਜੀ ਦੂਆ ਉਹਨੇ ਇੱਥੇ ਵੀ ਦੋ ਤੜੇ ਹੋ ਗਏ ਜਿਹੜੇ ਬੰਦੇ ਵਾਹ ਨਾਲ ਅਟੈਚ ਹੋਏ ਬੰਦੇ ਇਕੱਠੇ ਉਹ ਗੁਰੂ ਘਰ ਤੇ ਪਹਿਲਾਂ ਹੀ ਵਿਰੋਧੀ ਸੀ ਤਾਂ ਤਖਤ ਖਾਲਸੇ ਨਾਲ ਨਹੀਂ ਸੀ ਉਹਨਾਂ ਦੀ ਰਲਬੰਦੀ ਉਹ ਅੰ드로ਮਾ ਆ ਤਾਂ ਰਹੀ ਸੀ ਇਹ ਠੀਕ ਹੈ ਵੀ ਉਹਨਾਂ ਨੇ ਗੁਰੂ ਬਦਲੇ ਲਏ ਮੁਸਲਮਾਨਾਂ ਤੇ ਮੁਸਲਮਾਨ ਇਹਨਾਂ ਨਾਲ ਕਿਹੜਾ ਕੱਟ ਕਰਦੇ ਤੇ ਜਦੋਂ ਕੋਈ ਵਿਆਹ ਹੁੰਦਾ ਸੀ ਡੋਲਾ ਜਾਂ ਪਠਾਨ ਲੈ ਜਾਂਦੇ ਸੀ ਉਹ ਇਹਨਾਂ ਨੂੰ ਸਭ ਯਾਦ ਸੀ ਉਹ ਗੱਲਾਂ ਅੰਦਰੋਂ ਦੁਖੀ ਸੀ ਸਾਰੇ ਬਦਲ ਲੈਣ ਨੂੰ ਫਿਰਦੇ ਹੀ ਸੀ ਉਹ ਆਪਣੇ ਉਹਨਾਂ ਦੇ ਵੱਖਰੇ ਕਿਸਮ ਦੇ ਬਦਲੇ ਲੈਣ ਦੀ ਫੀਸ ਇਹਨਾਂ ਦੀ ਚਾਹੇ ਉਹ ਮੀਣੇ ਵੀ ਸੀ ਮੀਣਿਆਂ ਨੂੰ ਉਹ ਕਾਂ ਲਿਆਜ ਕਰਦੇ ਸੀ ਮੁਸਲਮਾਨ ਵੀ ਇਹਨਾਂ ਕੀ ਵਰਤਾਉ ਹੁੰਦਾ ਸੀ ਪਤਾ ਨਹੀਂ ਤੁਹਾਨੂੰ ਤਾਂ ਪਤਾ ਹੀ ਆ ਉਹ ਸਾਰੀਆਂ ਕਹਾਣੀਆਂ ਪਤਾ ਹੀ ਆ ਉਹ ਕਹਾਣੀਆਂ ਦੇ ਪਰਪੇਖਸ਼ ਦੇਖੋ ਬਈ ਜਨਤਾ ਮੁਸਲਮਾਨਾਂ ਨਾਲ ਹਿੰਦੂ ਜਨਤਾ ਮੁਸਲਮਾਨਾਂ ਦੇ ਨਾਲ ਕਿੰਨੀ ਦੁਖੀ ਸੀ ਕਿੰਨੀ ਔਖੀ ਸੀ ਕਿ ਉਹ ਜ਼ੁਲਮ ਉਹ ਇੱਥੇ ਜਨਾਨੀਆਂ ਕੁੜੀਆਂ ਲੈ ਜਾਂਦੇ ਰਹੇ ਵੇਚਦੇ ਰਹੇ ਗੰਜੀ ਲਿਆ ਕੇ ਜਿਆਤੀਆਂ ਨਹੀਂ ਆ ਕਿਤੀ ਉਹਨਾਂ ਨੇ ਦੁਖੀ ਸੀ ਲੋਕ ਆਪਣਾ ਬਦਲ ਰਹੇ ਸੀ ਉਹ ਦੁਆਰਾਵळा ਇਹ ਸੀ ਇਕਤਾ ਹੋ ਜੇ ਖਾਲਸਾ ਤਖਣਾ ਹੁੰਦਾ ਇਹਨਾਂ ਨੂੰ ਪੱਥਰ ਪੂਜਾ ਨਹੀਂ ਸੀ ਕਰਨ ਦੇਣੀ ਇਹ ਵਿਚਾਰਧਾਰਕ ਤੌਰ ਤੇ ਸਿੱਖੀ ਨੂੰ ਅਪਣਾਉਣਾ ਨਹੀਂ ਸੀ ਚਾਹੁੰਦੇ ਜਿਹੜੀ ਗੁਰੂ ਆਲੀ ਸੀ ਉਹ ਅੱਜ ਤੱਕ ਵੀ ਨਹੀਂ ਅਪਣਾਈ ਤਾਂ ਖਾਲੀ ਵੀ ਨਹੀਂ ਅਪਣਾਉਣਾ ਚਾਹੁੰਦੇ ਉਹ ਤਾਂ ਤੱਕ ਨਹੀਂ ਬੜਾਈ ਜਰਾਂ ਨੇ ਉਹ ਵਿਚਾਰਤਾ ਵਾਲੀ ਜਿਹੜੀ ਲੜਾਈ ਸੀ ਨਾ ਅਸਲੀ ਸਿੱਖੀ ਗੁਰੂ ਵਾਲੀ ਅਪਣਾਉਣੀ ਉਹ ਨਹੀਂ ਅਪਣਾਉਣੀ ਚਾਹੁੰਦੇ ਸੀ ਇੱਥੋਂ ਆ ਕੇ ਮਤਭੇਦ ਹੁੰਦੇ ਸੀ ਇਹਨਾਂ ਦੇ ਹਿੰਦੂਆਂ ਦੇ ਕਿਉਂਕਿ ਹਿੰਦੂ ਮਤ ਨੂੰ ਹੀ ਚੱਲਣਾ ਚਾਹੁੰਦੇ ਗੁਰਮਤ ਨੂੰ ਨਹੀਂ ਸੀ ਲੈਣਾ ਚਾਹੁੰਦੇ ਉਹਨਾਂ ਗੁਰੂਆਂ ਵੇਲੇ ਵੀ ਨਹੀਂ ਲਈ ਵਚਨ ਨਹੀਂ ਸੀ ਚਾਹੁੰਦੇ ਇੱਥੋਂ ਆ ਕੇ ਇਹਨਾਂ ਨੇ ਫਿਰ ਆਪਣੇ ਰਾਜ ਕਾਇਮ ਕਰਨ ਵਾਲ ਨੂੰ ਪੈਗੇ ਰਾਜ ਕਾਇਮ ਕਰਨ ਦੇ ਪਿੱਛੇ ਹੀ ਮੁਸਲਮਾਨਾਂ ਨੇ ਇਹਨਾਂ ਦਾ ਇਖਤਿਆਬ ਹੋਣਾ ਸੀ ਬਾਈਧਾਰੀਆਂ ਨੇ ਕਿਹਾ ਵੀ ਇਹਨਾਂ ਨੂੰ ਰਾਜ ਦੇ ਵਿੱਚ ਲਾ ਕੇ ਆਪਣੇ ਨਾਲ ਲਾ ਕੇ ਮੁਸਲਮਾਨਾਂ ਤੋਂ ਖਿਲਾਫ ਕਰਤੀ ਜੇ ਮਰਨ ਉਹ ਮੂਰੇ ਹੋ ਜਾਣਗੇ ਅਸੀਂ ਆਪਣਾ ਰਾਜ ਕਰੀ ਜਾਵਾਂਗੇ ਉਹ ਜਿਹੜਾ ਉਹਨੂੰ ਮਲੇਸ਼ ਖਾਲਸਾ ਕਹਿਣ ਲੱਗੇ ਬੰਦੇ ਬਾਹਰ ਤੋਂ ਸ਼ੁਰੂ ਕਰਾਤਾ ਰਾਜ ਦਾ ਕੰਮ ਇਹਨਾਂ ਨੇ ਜਿਹੜਾ ਕਿ ਪਹਿਲਾਂ ਸ਼ੁਰੂ ਹੋਇਆ ਉੱਥੇ ਸਨੋਰੇ ਕੋਲ ਜਿੱਥੇ ਲੋਕ ਅੜ ਉਹਦੇ ਬਾਅਦ ਜਦੋਂ ਆਉਂਦੇ ਫੌਜਾਂ ਆਉਂਦੀਆਂ ਸਰਕਾਰੀ ਫਿਰ ਫਿਰ ਭੱਜ ਜਾਂਦਾ ਬੰਦਾ ਬਾਹਰ ਛੱਡ ਕੇ ਭੱਜ ਜਾਂਦਾ ਜਨਾਬ 8 ਸਾਲ ਰਿਹਾ ਉੱਥੇ ਜਾ ਕੇ ਭੱਜ ਕੇ ਤਤਖਾਲਸੇ ਨਾਲ ਵੀ ਕੋਈ ਸੰਪਰਕ ਨਹੀਂ ਉੱਥੇ ਜਿਹਦਾ ਵਿਆਹ ਹੋਇਆ ਹੈ ਉੱਥੇ ਹੀ ਬੱਚਾ ਪੈਦਾ ਹੋਇਆ ਹੈ ਤਤਖਾਨ ਦਾ ਫਿਰ ਵੀ ਲੜਦਾ ਰਿਹਾ ਹੈ ਇਹਦਾ ਲੜਿਆ ਹੀ ਨਹੀਂ ਉਹ 8 ਸਾਲ ਦੀ ਹਿਸਟਰੀ ਕਿਉਂ ਲਕੋਈ ਹੈ ਇਹਨਾਂ ਨੇ ਜਿਹੜੇ ਬੰਦੇ ਬਾਹਰ ਦੇ ਪੁਜਾਰੀ ਨੇ ਉਹ ਜਿੰਨਾ ਚਿਰ ਉਹਥੇ ਰਿਹਾ ਉਦੋਂ ਇਹਦੀ ਸੂਰਮਤਾਈ ਕਿੱਥੇ ਗਈ ਸੀ ਉਦੋਂ ਕੌਣ ਕਰਦਾ ਸੀ ਅਗਵਾਈ ਫੌਜਾਂ ਦੀ ਰਾਈਦੋਂ ਦੋਵੇਂ ਸੀ ਬੰਦੇ ਬਾਹਰ ਦੀ ਜ਼ਿੰਦਗੀ 'ਚ ਕਦੇ ਰਾਜ ਹੋਇਆ ਹੀ ਨਹੀਂ ਉਹ ਦਾ ਮੈਨੇ ਕਰਤਾ ਸੀ 2 ਮਹੀਨੇ 4 ਮਹੀਨੇ ਵਾਸਤੇ ਉਹਦਾ ਕੀ ਹੈ ਕੋਲ ਉਹਦਾ ਉਹ ਸਾਡੇ ਵੀ ਉਹ ਧਿਲੋ ਨੇ ਕਰਤਾ ਸੀ ਖਾਲਸਤਾਨ ਦਾ ਰਾਜ ਜੀਤ ਕਰੰਸੀ ਚਲਾਤੀ ਉਹ ਤਾਂ ਉਹ ਗੱਲਾਂ ਸੀ ਹਵਾ ਦੇ ਵਿੱਚ ਉਹ ਹਵਾ 'ਚ ਗੱਲਾਂ ਸੀ ਇਹ ਰਾਤਾਂ ਮਿਸਣਾ ਵੇਲੇ ਹੋਣ ਲੱਗਿਆ ਬਸ ਰਾਜ ਉਹ ਤਾਂ ਭੱਜ ਗਿਆ ਉਥੋਂ ਉਹਦੇ ਬਾਅਦ ਕਿੰਨਾ ਚਿਰ ਫੇਰ ਉਹ ਫੜਿਆ ਗਿਆ ਉਹ ਤਾਂ ਕੁਲੇ ਜੋ ਇਹਨਾਂ ਨੇ ਰਾਜ ਕੀਤਾ ਐਵੇਂ ਹੀ ਕਹਿ ਜੰਦੇ ਰਾਜ ਕੀਤਾ ਝੂਠ ਦੀ ਕੋਈ ਹੱਦ ਹੁੰਦੀ ਐ ਤੁਸੀਂ ਬੇਹੂਫੇ ਸਮਝਦੇ ਹੋ ਲੋਕਾਂ ਵੀ ਤੁਸੀਂ ਬਹੁਤ ਹੀ ਸਿੱਧੀ ਵਰਲਡੀ ਬਾਕੀ ਜਾਣਦੇ ਹੀ ਨਹੀਂ ਕੁਝ ਕਾਹਦੇ ਨੇ ਰਾਜ ਕੀਤਾ ਉਹ ਫੜਿਆ ਗਿਆ ਹੈ ਮਾਤਾ ਦੀ ਗੱਲ ਨਹੀਂ ਮੰਨੀ ਸਰਕਾਰ ਨੇ ਕਿਹਾ ਵੀ ਰਾਜ ਨਾ ਕਾਇਮ ਕਰੋ ਬਾਕੀ ਅਸੀਂ ਤੁਹਾਡੇ ਨਾਲ ਆਏ ਰਾਜ ਕੰਮ ਕਰਨਾ ਸੰਢ ਕੋਮਣਾ ਰਾਜ ਤਾਂ ਅਸੀਂ ਕਰਨਾ ਹੀ ਨਹੀਂ ਸੀ ਦਸਮ ਪਾਤ ਜਨ ਕੀਤਾ ਹੀ ਨਹੀਂ ਰਾਜ ਅਸੀਂ ਚਾਹੁੰਦੇ ਹੀ ਨਹੀਂ ਤਤ ਖਾਲਸਾ ਰਾਜ ਨਹੀਂ ਸੀ ਚਾਹੁੰਦਾ ਉਹੀ ਦੋ ਧੜੇ ਸਾਡੇ ਚਾਗੇ ਪਹਿਲਾਂ ਵੀ ਦੋ ਇਸੀ ਛੰਡੇ ਇੱਕ ਮਹੀਨੇ ਸੀ ਮਸਾਂ ਦੇ ਧੀਰਮਲੀ ਰਾਮ ਰਹੀਏ ਇਹ ਤੜਾ ਜਿਹੜਾ ਸੀ ਇਹਦੇ ਜਿਹੜੇ ਇਹ ਧੜੇ ਨੇ ਗਿਆ ਰਾਜ ਕਰੇਗਾ ਖਾਲਸਾ ਇਹਦਾ ਸਲੋਕ ਹੁੰਦੀ ਬੰਦਾ ਇਧਰ ਰਲ ਗਿਆ ਬਾਦ ਬਾਹਰ ਤੜੀਏ ਵੀ ਰਲ ਗਏ ਗੁਰੂ ਆਲਾ ਤਤ ਖਾਲਸਾ ਆਡ ਰਹਿ ਗਿਆ ਉਹਨੇ ਕਰਿਆ ਗਏ ਹਨ ਫਿਰਲੇ ਮੁੱਠੀ ਭਰ ਲੈਣਾ ਸੀ ਮੁੱਠੀ ਭਰ ਲੈ ਜੀ ਉਹਨਾਂ ਨੂੰ ਕੋਈ ਲੋੜ ਨਹੀਂ ਸੀ ਉਹਨਾਂ ਦਾ ਕੰਮ ਹੋ ਗਿਆ سزا ਦਿੱਤੀ ਗਈ ਉਹ ਫਿਰ ਸਿੰਘਾਂ ਦੇ ਵਿੱਚ ਆ ਕੇ ਅਖੀਰ ਆ ਅਕਾਲੀ ਫੂਲਾਸੋਂ ਦੀ ਕਮਾਨ ਹੈ ਢਾਲ ਖਾਲਸਾ ਰਹਾ ਅਕਾਲੀ ਫੂਲਾਸੋਂ ਸ਼ਕਤੀਸ਼ਾਲੀ ਹੈ ਰਣਜੀਤ ਸਿੰਘੋਂ ਜ਼ਿਆਦਾ ਕੀ ਅਕਾਲੀ ਫੁਲਾਸ ਨੇ ਜੇ ਰਾਜ ਕਰਨਾ ਹੁੰਦਾ ਕਰ ਨਹੀਂ ਸਕਦਾ ਫਿਰ ਹਰਨਜੀਤ ਨੂੰ ਮਾਰ ਕੇ ਉਹ ਤਾਂ ਸਾਰੇ ਤਾਂ ਉਹਦੇ ਅੱਖੇ ਲੱਗਦੇ ਸੀ ਕੀ ਵਜ੍ਹਾ ਉਹਨੇ ਅਕਾਲੀ ਫੁਲਾਸ ਨੂੰ ਰਾਜ ਨਹੀਂ ਕੀਤਾ ਕੀ ਵਜ੍ਹਾ ਅਕਾਲੀ ਫੁਲਾਸੋਂ ਕੋਈ ਉਂਗਲੀ ਨਹੀਂ ਕਰਦਾ ਹਰਨਜੀਤ ਨੇ ਮੂਰਤੀਆਂ ਲਿਆਂਦੀਆਂ ਹਰਨਜੀਤ ਨੇ ਅਬਗਿਆ ਕੀਤੀ ਮੁਸਲਮਾਨ ਨਹੀਂ ਮੁਰਾਤੁਰਾ ਬਿਆਖਰਾ ਕੇ ਉਹਨਾਂ ਨਚਣ ਵਾਲੀ ਕੁੜੀ ਨਾਲ ਉਹਨੂੰ ਅਕਾਲ ਤਖਤ ਤੇ ਸੱਦਿਆ ਉਹਦੇ ਕੋਈ ਨਹੀਂ ਪਾਵਰ ਹੈ ਸਾਰੀ ਸੰਗਤ ਉਹਦੇ ਨਾਲ ਹੈ ਕਿ ਉਹ ਰਾਜਨੀਤੀ ਕਰ ਸਕਦਾ ਕਰ ਸਕਦਾ ਸੀ ਪਰ ਉਹਨੇ ਕਰਨਾ ਨਹੀਂ ਸੀ ਕਿਉਂਕਿ ਉਹਦੇ ਗੁਰੂ ਦਾ ਹੁਕਮ ਨਹੀਂ ਸੀ ਉਹ ਰਾਜ ਕਰਨ ਦਾ ਜੋ ਸਿੱਖੀ ਨਾਲ ਬਜਦੀ ਤਾਂ ਅੱਜ ਕਿ ਖਾਲਸਾ ਨਿਆਰਾ ਨਹੀਂ ਹੈਗਾ ਫਿਰ ਉਨੇ ਖਾਲਸਾ ਨਿਆਰਾ ਸਰੂਪ ਕਾਇਮ ਰੱਖਿਆ ਜਬ ਲਗ ਰਹੇ ਖਾਲਸਾ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਰਲ ਮਿਲ ਜਾਏ ਤੇਜ ਘਟ ਜਾਏ ਖਾਲੀ ਰਲ ਮਿਲ ਗਏ ਤੇਜ ਕਿੱਥੇ ਹੈ ਤੇਜ ਕਿੱਥੇ ਹੈ ਤੇਜ ਕੁਝ ਨਹੀਂ ਹੈ ਸਾਡੇ ਤਾਂ ਦਸਮ ਪਾਸ਼ਾ ਨੇ ਆਪਣੇ ਹੁੰਦੇ ਹੋਏ ਹੀ ਪੰਜ ਪਿਆਰਿਆਂ ਨੂੰ ਪੂਰੀ ਫੌਜ ਬਣਾ ਕੇ ਭੇਜਤਾ ਵੀ ਆ ਹੁਣ ਤੁਸੀਂ ਮੇਰੇ ਤੇ ਬਿਨਾ ਜੰਗ ਲੜੋ ਮੇਰੇ ਦੇਖਦੀ ਲੜੋ ਭਾਮੇ ਚਮਕੌਰ ਸਾਹਿਬ ਦੇ ਗੜੀ ਦੇ ਵਿੱਚ ਪੰਜ ਪਿਆਰਿਆਂ ਦਾ ਹੀ ਹੁਕਮ ਚੱਲਿਆ ਪਰ ਉੱਥੇ ਦਾ ਸੰਪਾਸ਼ਾ ਆਪ ਹੈਗੇ ਨੇ ਮੁਕਸਲ ਦੇ ਜੰਗ ਦੇ ਵਿੱਚ ਵੀ ਆਪ ਹੈਗੇ ਨੇ ਉਹ ਮੁਕਸਲ ਦੇ ਖੇਤ ਜੰਗ ਲੜੀ ਨਹੀਂ ਇਹਨਾਂ ਨੇ ਆਪ ਉਹ ਤਾਂ ਦੂਜੇ ਸੰਗਾਂ ਨਾਲ ਲੜੀ ਹੈ ਲੜਨ ਵਾਲੇ ਮੁਕਤਨਾਂ 40 ਉਹ ਅਲੱਗ ਤੇ ਉਹਨਾਂ ਦੀ ਫੌਜ ਦੇ ਵਿੱਚ ਹੈ ਹੀ ਨਹੀਂ ਤਾਂ ਸਭ ਪਾਸ਼ਾ ਨੇ ਕੋਈ جنگ ਨਹੀਂ ਲੜੀ ਬਕਸਰ ਵਾਲੀ ਉਹ ਉਹਨਾਂ 40 ਮੁਕਤਨਾਂ ਨੇ ਲੜੀ ਹੈ ਜੰਗ ਹਾਂ ਉਹ ਜੰਗ ਲੜੀਏ ਉਹ ਬਹਾਦਰ ਸ਼ਾਹੀ ਜੰਗ ਸੀ ਉਹ ਬਹਾਦਰ ਸ਼ਾਹੀ ਦੀ ਜੰਗ ਸੀ ਉਹ ਰਾਜਸੀ ਜੰਗ ਸੀ ਜਿਹੜੀ ਉੱਥੇ ਲੜੀਏ ਆਗਰੇ ਉਹ ਜਫਤੇ ਵੀ ਕੀਤੀ ਆ ਜਿਹੜੀ ਜੰਗ ਸੀ ਦੁਈ ਧਰਮ ਦੀ ਫੇਰ ਵਿਜੀਦਰ ਨੂੰ ਸਜ਼ਾ ਦੇਣ ਦੀ ਕਹਾਂ ਮੇਰੇ ਹੁੰਦੀ ਹੁੰਦੀ ਤੁਸੀਂ ਚਲੋ ਤੁਸੀਂ ਚਲੋ ਮੈਂ ਨਹੀਂ ਜਾਂਦਾ ਪਿੱਛੇ ਬੈਠਾ ਤੇ ਇਤੇ ਉਹ ਲੱਗਾ ਲੈ ਜੋ ਪਹਿਲਾਂ ਹੀ ਸ੍ਰੀ ਛੱਡ ਗਏ ਪਰ ਉਹਨਾਂ ਨੇ ਬਖੂਬੀ ਉਹ ਕੰਮ ਕੀਤਾ ਔਰ ਕਰਦੇ ਰਹੇ ਔਰ ਬੀਜ ਰੂਪ ਖਾਨ ਸਾਹਿਬ ਰਹਾ ਖਾਨ ਸਾਹਿਬ ਬੀਜ ਰੂਪੇ ਰਹਿਣਾ ਸੀ ਦੋ ਤੜੇ ਹਮੇਸ਼ਾ ਹੀ ਰਹਿੰਦੇ ਨੇ ਉਹ ਦੂਆ ਤੜਾ ਜਿਹੜਾ ਸੀ ਉਹ ਅਭੀ ਦੀ ਪਾਰੀ ਸੀ ਗੁਰੂ ਸਾਹਿਬ ਬੜੇ ਕੋਈ ਜਿਆਦਾ ਕਠਿਨ ਨਹੀਂ ਹੁੰਦੇ ਇਹਨਾਂ ਦੇ ਹੁਣ ਜਿਹੜੇ ਲੱਖਾਂ ਦੇ ਜਰੂਸ ਕੱਢਦੇ ਨੇ ਇਹ ਲੰਗਰ ਕੀਰਤਨ ਇਹ ਕਿਵੇਂ ਕੱਢਣ ਲੱਗੇ ਵੀ ਇਹ ਝੂਠ ਜਿਹੜਾ ਕੂੜਾ ਨਾ ਕੂੜਾ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਇਹ ਸੰਸਾਰੀਆਂ ਦੇ ਕੱਠ ਜਿਆਦਾ ਹੀ ਹੁੰਦੇ ਨੇ ਕੂੜਿਆਂ ਦੇ ਝੂਠਿਆਂ ਦੇ ਸਚਾਰਾਂ ਦੇ ਕੱਠ ਨਹੀਂ ਹੁੰਦੇ ਨੇ ਤੋਈ ਸਾਭ ਤੋਂ ਹੁੰਦਾ ਜੇ ਕੂੜੇ થી ਤਾਂ ਅੱਜ ਕੀ ਹਾਲ ਹੈ ਅੱਜ ਦੇਖ ਲੈ ਅੱਜ ਕੀ ਹਾਲ ਹੈ ਜੇ ਗੁਰੂ ਛੱਡਿਆ ਇੱਕ ਤਾਂ ਕਿੱਥੇ ਗਈ ਕਲਾਂ ਨੇ ਇੱਕ ਤਾਂ ਸਿੱਖੀ ਕਿੱਥੇ ਗਈ ਉਹ ਅੱਜ ਦਾ ਸੱਚ ਬੂੜੇ ਪਿਆ ਸਭ ਜਿਹੜਾ ਇਹ ਪ੍ਰਚਾਰ ਕਿਉਂ ਕਰਦੇ ਨੇ ਬੰਦੇਵਾਦ ਦਾ ਕਿਉਂਕਿ ਬੰਦੇਵਾਦ ਦੇ ਧੜੇ ਦੇ ਬੰਦੇ ਨੇ ਇਹ ਹਈ ਉਦਲੇ ਬੰਦੇ ਵਾਹ ਦਾ ਸ਼ਲੋਕ ਨੇ ਰਾਜ ਕਰੇਗਾ ਖਾਲਸਾ ਅਸੀਂ ਕਹਿੰਦੇ ਰਾਜ ਕਰੇਗਾ ਬੁਲੇਸ਼ ਖਾਲਸਾ ਬੁਲੇਸ਼ ਖਾਲਸਾ ਗੁਰੂ ਖਾਨ ਸਦਾ ਰਾਜਮਨਸ਼ੀਰ ਹੋ ਜਾਏ ਅਬ ਤੋ ਜਾਏ ਚੜੇ ਸਿੰਘਾਸਣ ਸਿੰਘਾਸਣ ਦਾ ਜਉਂਦਾ ਹੀ ਬੈਠਾ ਮਿਲੇ ਹਸਾਨਗ ਪਾਣੀ ਆ ਭੈ ਪਾ ਦਾ ਜਿਹੜਾ ਰਾਜੇ ਦਾ ਪਾਦਾ ਆ ਭੈ ਪਦ ਨਰਪਾਇ ਪਦ ਜਿਹਨੇ ਮਨ ਜਿੱਤ ਲਿਆ ਜਿਹਨੇ ਜਗ ਜਿੱਤ ਲਿਆ ਜਿਹਨੇ ਮਨ ਜਿੱਤੇ ਜਗ ਜੀਤਾ ਰਾਜਾ ਤਾਂ ਉਹ ਹੈ ਇਹ ਕਿਹੜੇ ਰਾਜ ਨੇ ਇਹ ਭੂਪਤ ਬਾਣੀ ਤਾਂ ਬੰਦੀ ਹੁੰਦੀ ਉਹਨੀਆਂ ਰਾਜ ਇਹ ਭੂਪਤ ਸਭ ਦਿਵਸੇ ਚਾਰ ਕੇ ਝੂਠੇ ਕਰਤ ਦੇਵਾਜਾ ਇਹ ਖਾਲਸਾ ਦਾ ਰਾਜ ਹੈ ਝੂਠਾ ਜੈ ਜੈ ਖਾਲਸਾ ਉਹ ਜਿਹੜਾ ਰਾਜ ਇਹਦਾ ਮਨેશ ਖਾਲਸਾ ਦਾ ਰਾਜ ਹੈ ਜਾਈ ਹੁੰਦਾ ਕਰੀ ਜਾਣ ਇਹਨਾਂ ਨੂੰ ਛੱਡਿਆ ਰਾਜ ਅਸੀਂ ਸਾਨੂੰ ਲੋੜ ਨਹੀਂ ਹੈ ਮੱਖਣ ਉੱਤੇ ਰਹਿੰਦਾ ਹੈ ਲੱਸੀ ਥੱਲੇ ਹੋ ਜਾਂਦੀ ਹੈ ਸੰਤੋ ਮੱਖਣ ਖਾਇਆ ਛਾਹ ਪੀਏ ਸੰਸਾਰ ਖਰਸਾ ਦਾ ਮੱਖਣ ਤਾਂ ਤਾਤਾ ਹੋ ਤਾਤੇ ਦਾ ਮੱਖਣ ਉੱਤੇ ਹੀ ਰਹਿੰਦਾ ਇਹਨਾਂ ਤੋਂ ਛਾਇਆ ਰਹਿੰਦਾ ਪ੍ਰਭੂ ਖਰਸਾ ਜੀ ਕੇ ਬੋਲ ਬਾਲੇ ਬਾਲੇ ਦਾ ਮੰਤਰ ਕੀ ਉੱਪਰ ਵਾਲਾ ਉਰਦੂ ਦੇ ਸ਼ਬਦ ਵਾਲਾ ਚਾਤ ਦੇ ਦੋਤੇ ਵਾਲੇ ਨਹੀਂ ਪਾਏ ਹੁੰਦੇ ਆਪਣੇ ਉੱਪਰੇ ਹੁੰਦੇ ਨੇ ਸਰ ਦੇ ਉੱਪਰ ਨਹੀਂ ਹੁੰਦੇ ਖਾਲਸਾ ਜੀ ਦੇ ਬੋਲ ਭਾਲਲੇ ਖਾਲਸਾ ਜੀ ਦੇ ਬਚਨ ਸਭ ਤੋਂ ਉੱਪਰ ਹੁੰਦੇ ਨੇ ਉੱਚੇ ਹੁੰਦੇ ਨੇ ਉੱਚੀ ਵਸਾ ਦੀ ਗੱਲ ਹੁੰਦੀ ਹੈ ਔਰ ਉਹ ਹੁਣ ਹੈਗੀ ਸਾਬਤ ਕਰਤੀ ਉਹ ਵੀ ਜਿਹਨਾਂ ਸ਼ੰਕਾ ਦੇਖ ਲਵੇ ਤੇ ਚੰਡੇ ਗੱਡੇ ਹੋਣੇ ਆ ਜਵੇ ਗੁਰਤਾ ਪੀ ਦਿੱਤੀ ਕੰਢੀਓ ਖਾਲਸਾ ਜੀ ਦੇ ਬੋਲ ਬਾਲੇ ਨੇ ਦੁਨੀਆ ਨੇ ਮੰਨ ਲਏ ਬਾਕੀ ਧਰਵਾ ਨੇ ਮੰਨ ਲਏ ਮੁੱਲੇਛਾ ਨੂੰ ਮਨਾਉਣ ਦੀ ਸਾਨੂੰ ਲੋੜ ਨਹੀਂ ਅਸੀਂ ਕਦੋਂ ਮਨਾਉਣਾ ਇਹਨਾਂ ਨੂੰ ਨਾਮ ਤੋਂ ਬਿਨਾ ਨੀਚ ਨੇ ਗੁਰਨਾਨ ਦੇਵ ਦਾ ਫੈਸਲਾ ਹੈ ਨਾਂ ਖતમ ਬਸਾਰੇ ਤੇ ਕਮਜਾਤ ਜਿਹੜਾ ਥੱਕ ਨੂੰ ਬਸਾਰ ਦੇਵੇ ਉਹਨਾਂ ਦੀ ਜਾਤੀ ਨੀਚ ਜਾਤੀ ਹੈ ਕਾਮ ਜਾਤ ਕਟਿਆ ਜਾਤ ਨਾਨਕ ਨਾਵਾ ਬਾਜ ਸਨਾਤ ਨਾਮ ਨੂੰ ਨਹੀਂ ਜੀਦੇ ਕੋਲ ਹੈ ਜਿਹੜਾ ਕੁਰਬਾਨੀ ਦੇ ਤਤ ਗਿਆਨ ਨੂੰ ਤੋਂ ਸਖਣਾ ਲੈਣਾ ਨਹੀਂ ਚਾਹੁੰਦਾ ਉਹ ਨੀਚ ਹੈ ਸਨਾਤ ਨੀਚ ਹੈ ਨਾਨਕ ਨਾਵਾ ਬਾਜ ਸਨਾਤ ਹੁਣ ਜਿਹੜੇ ਕਿੱਡੇ ਹੀ ਆਪਣੇ ਆਪ ਨੂੰ ਚੌੜੇ ਹੋਏ ਫਿਰਨ ਅੱਜ ਤਾਂ ਇਹਨਾਂ ਨੇ ਮੰਨ ਲਿਆ ਵੀ ਸਾਡਾ ਪ੍ਰਚਾਰ ਗਲਤ ਹੋ ਗਿਆ ਅਕਾਲ ਤਖਤ ਦੀ ਨੱਕ ਛਤਰਛਾਇਆ ਗੱਲਾਂ ਘੜਕੜੀਆਂ ਕਰਦੇ ਹਾਂ ਜਿਹੜੇ ਅਕਾਲ ਤਖਤ ਨੇ ਪ੍ਰਚਾਰ ਗਲਤ ਕਰਾਇਆ ਠੀਕ ਨਹੀਂ ਕਰਾ ਰਿਹਾ ਅਕਾਲ ਤਖਤ ਕਿਹੜਾ ਅਕਾਲ ਤਖਤ ਕੌਣ ਅਕਾਲ ਤਖਤ ਗੱਲਾਂ ਲੋਕ ਮਨਜਾ ਕਰਦੇ ਨੇ ਹਾਂ ਥੋੜਾ ਸਮਾਜਿਕ ਤੌਰ ਤੇ ਗੱਲ ਆ ਇਹ ਧਰਮ ਦਾ ਇਹ ਨਾ ਕੋਈ ਮਤਲਬ ਨਹੀਂ ਥੋੜੀ ਸਮਾਜ ਹੈ ਸਮਾਜਿਕ ਤੌਰ ਤੇ ਤੁਸੀਂ ਕੋਈ ਆਪਣੀ ਸੰਸਥਾ ਬਣਾ ਕੇ ਇਕਤਾ ਬਣਾਉਣੇ ਬਣਾ ਲਓ ਪਰ ਨਹੀਂ ਬਣਨੀ ਇਕਤਾ ਸਮਾਜ ਨੂੰ ਵੀ ਸਮਾਜ ਵੀ ਹੱਕ ਇਨਸਾਫ ਜਿੱਥੇ ਹੁੰਦਾ ਸੱਚ ਹੁੰਦਾ ਸਭ ਨੂੰ ਨਾਲ ਬਰਾਬਰੀ ਹੁੰਦੀ ਹੈ ਬਰਾਬਰੀ ਦਾ ਸਲੂਕ ਹੁੰਦਾ ਇਮਾਨਦਾਰੀ ਹੁੰਦੀ ਹੈ ਉੱਥੇ ਹੀ ਸਮਾਜ ਇਕੱਠਾ ਹੁੰਦਾ ਵਰਨਾ ਹੋਏ ਨਹੀਂ ਸਕਦਾ ਉਹ ਗੱਲਾਂ ਤੁਹਾਡੇ ਜ ਰਹੀਆਂ ਨਹੀਂ ਤੂੰ ਤੁਹਾਡਾ ਕੱਠ ਵਿਗੜ ਗਿਆ ਮਿਸਲਾ ਪਹਿਲਾਂ ਹੋਂ ਤੇ ਲੜ ਲੱਗੇ ਸੀਗੇ ਵੱਡੇ ਰਾਜਾ ਦੇ ਲੜਾਈ ਕਾਦੇ ਭਈ ਤਤ ਖਾਲਸੇ ਨਾਲ ਲੜਾਈ ਪਈ ਤਤ ਖਾਲਸੇ ਨਾਲ ਲੜਾਈ ਸਾਬਤ ਕਰੋ ਕਾ ਲੜੇ ਨੇ ਅਫਸਰ ਜੀ ਕਿਹੜੀ ਗੱਲ ਤੇ ਲੜੇ ਨੇ ਪੁਰਵਾਲੇ ਕਾਦੇ ਲੜਨਗੇ ਲੜਾਈ ਕਿ ਦੀ ਹੈ ਲੜਾਈ ਆ ਧਾਨ ਔਰ ਭੂਮ ਪਰਾਤਨ ਬੈਰਾ ਤਾਨਰ ਭੂਮ ਦੀ ਲੜਾਈ ਹੈ ਸ਼ੁਰੂ ਤੋਂ ਲੈ ਕੇ ਜਿਹਨੂੰ ਚਰਚੋਰ ਜ਼ਮੀਨ ਵੀ ਕਹਿੰਦੇ ਨੇ ਪਰ ਜਾਰਾ ਭੂਮਰ ਤੁਹਾਨੂੰ ਹੀ ਮੰਨਦੇ ਨੇ ਦਸੰਪਾਸ਼ ਤਾਨਰ ਭੂਮ ਪਰ ਆਤਨ ਬਹਿਰਾ ਇਸ ਕਾ ਮੂਹ ਜਗਤ ਕਰ ਕੇਰਾ ਉਹ ਜਗਤ ਇਹੀ ਹੈ ਇਤਹਾਸ ਲਿਖਿਆ ਹੁਣ ਚੀਨ ਕਹਿੰਦਾ ਇਹ ਇਲਾਕਾ ਸਾਡਾ ਆ ਸਾਡਾ ਕੋਈ ਦੇਸ਼ ਦਾ ਨਾ ਇਲਾਕਾ ਮੇਰਾ ਮੇਰਾ ਅੱਜ ਤੇਰਾ ਕੱਲੂ ਮੇਰਾ ਫਿਰ ਉਹ ਇਤਿਹਾਸ ਲਿਖ ਜਾਂਦੇ ਨੇ ਫਿਰ ਫੇ ਲੜਾਈ ਐਸੀ ਲੜਾਈ ਸੰਸਾਰ ਉੜ ਗਿਆ ਹੋਇਆ ਇਹ ਲੜਾਈ ਹਟਾਉਣ ਵਾਸਤੇ ਵੀ ਜਿੰਨਾ ਚਿਰ ਸੰਸਾਰ ਇੱਕ ਨਹੀਂ ਹੋ ਜਾਂਦਾ ਲੜਾਈ ਹਟੜੀਆਂ ਨਹੀਂ ਇਹ ਐਸੇ ਕਰਕੇ ਇਤਿਹਾਸ ਜਿਹੜਾ ਹੈ ਇਹ ਤਾਂ ਝਗੜਿਆਂ ਦਾ ਕਰ ਹੈ ਜੇ ਇਤਿਹਾਸ ਜਿਹੜੇ ਲਿਖਦੇ ਨੇ ਗੁਰੂ ਘਰ ਦੇ ਤਾਂ ਵਿਸ਼ਵਾਸ ਨਹੀਂ ਕਰਦਾ ਇਤਿਹਾਸ ਗੜ ਜਿਹੜਾ ਹੈ ਇਹ ਲੜਾਈ ਪੈਦਾ ਕਰਦਾ ਹੈ ਇਹ ਦੁਸ਼ਮਣੀ ਜਿਹੜੀ ਮਿਟ ਭੁੱਲ ਜਾਂਦੇ ਉਹਨੂੰ ਵੀ ਜਗਾ ਦਿੰਦਾ ਹੈ ਦੁਸ਼ਮਣੀ ਨੂੰ ਇਹ ਦੁਸ਼ਮਣੀ ਪੈਦਾ ਕਰਦਾ ਹੈ ਕਿਸੇ ਨੇ ਕਹਿੰਨਾ ਜਾਤੀਕ੍ਰਿਤੀਆਂ ਮੁਆਫ ਜੇ ਮੁਆਫ ਕਰਤਾ ਤਾਂ ਇਹਦੀ ਲੋੜ ਨਹੀਂ ਜਿਆਦਾ ਸੀ ਕਹਨੇ ਆ ਕਿ ਮੁਆਫ ਕਰ ਦੇਣਾ ਕਿਸੇ ਨੂੰ ਸਭ ਤੋਂ ਵੱਡਾ ਬਦਲ ਹੈ ਉਹ ਤੋਂ ਫੋਰਗਿਵਨੈਸ ਇਜ਼ ਦੀ ਬੈਸਟ ਫਾਰਮ ਆਫ ਰਿਵੰਜਾ ਫਿਰ ਇਹ ਤਾਂ ਇਹਦੀ ਲੋੜ ਕੀ ਹੈ ਤੁਹਾਨੂੰ ਕੰਮੇ ਦਾਤ ਲਿਖਦੇ ਹਾਂ ਕਦੇ ਬਾਤੇ ਤਾਂ ਆਸ ਲਿਖਦੇ ਹਾਂ ਕਿ ਦੁਬਾਰਾ ਫੇਰ ਸਾਡੇ ਬੱਚੇ ਪੜਨ 84 ਫੇਰ ਪੜਨ ਫੇਰ ਉਹਨਾਂ ਚ ਗਰਮੀ ਪੈਦਾ ਹੋ ਜਾਏ ਫੇਰ ਮਰਨ ਫੇਰ ਦੁਸ਼ਮਣ ਪੈਦਾ ਕਰਨ ਕਦੇ ਮਤ ਕੀ ਦੇ ਰਹੇ ਹੋ ਤੁਸੀਂ ਉਹਨਾਂ ਨੂੰ ਅਸ਼ਾਂਤ ਇਹ ਦੁਸ਼ਮਣ ਇਹ ਤਾਂ ਉਗਣੇ ਤਾਂ ਕੱਢਣੇ ਸੀ ਤਾਂ ਖੋਲਣੇ ਸੀ ਇਸ ਕਰਕੇ ਦਾਤ ਗੁਰੂ ਨੇ ਨਹੀਂ ਲਿਖਾਇਆ ਨਾ ਇਹ ਤਾਂ ਹੱਥ ਪੜਨ ਦਾ ਸਾਨੂੰ ਆਰਡਰ ਹੈ ਨਾ ਸੁਣਨ ਦਾ ਆਡਰ ਹੈ ਕਹੇ ਗੁਰ ਕਹਿਆ ਸਾਕਾਰ ਕਮਾਵੋ ਜੋ ਗੁਰੂ ਨੇ ਤੁਹਾਨੂੰ ਸਿਖਾ ਦਿੱਤੀ ਹੈ ਗੁਰੂ ਬਾਣੀ ਦੇ ਵਿੱਚ ਉਹ ਕੰਮ ਕਰੋ ਗੁਰ ਕੀ ਕਰਨੀ ਕਾਹੇ ਤਾਵੋ ਜੋ ਗੁਰੂ ਦਾ ਇਤਿਹਾਸ ਹੈ ਜੰਗਾਂ ਕੀਤੀਆਂ ਇਹ ਕੀਤਾ ਵੋ ਕੀਤਾ ਇਹ ਦੇ ਪਿੱਛੇ ਜਾਓ ਹੀ ਨਾ ਹਾਲਾਤ ਇਹੋ ਜੇ ਬਣ ਗਏ ਹੋ ਗਈ ਮੁੱਕੀ ਗੱਲ ਉਸ ਵੇਲੇ ਮੁਸਲਮਾਨ ਸੀ ਕਿਉਂ ਮੁਸਲਮਾਨ ਹੁੰਦੇ ਤਬੇਈਮਾਨ ਕਿਹ ਹੁੰਦੇ ਮੁਸਲਮਾਨ ਦਾ ਬੇਈਮਾਨ ਹੁੰਦਾ ਹੀ ਨਹੀਂ ਉਹ ਕੁਝ ਬੰਦੇ ਸੀ ਉਹਨਾਂ ਨਾਲ ਸਾਡੀ ਸੀ ਅੱਜ ਵਾਲੇ ਬੰਦਿਆਂ ਨਾਲ ਸਾਡਾ ਕੋਈ ਚੱਕੜਾ ਨਹੀਂ ਚਾਹੇ ਹਿੰਦੂ ਸੀ ਚਾਹੇ ਮੁਸਲਮਾਨ ਸੀ ਉਸ ਵੇਲੇ ਤੋਂ ਬੰਦੇ ਲੜਦੇ ਲੜਦੇ ਤੁਸੀਂ ਹੁਣ ਕਿਉਂ ਲੜਦੇ ਹੋ ਤੁਹਾਡੀ ਇਕਤਾ ਕਿਉਂ ਨਹੀਂ ਹੋ ਸਕਦੀ ਸਵਾਲ ਇਹ ਹੈ ਇਤਿਹਾਸ ਨਹੀਂ ਹੁਣ ਦਊਗਾ ਇਕਤਾ ਇਤਿਹਾਸ ਸ਼ੈਤਾਨ ਦੀ ਉਪਜਾ ਸ਼ੈਤਾਨ ਇਤਿਹਾਸ ਪੜ੍ਹਾਊਗਾ ਸ਼ੈਤਾਨ ਦਾ ਕੰਮ ਇਤਿਹਾਸ ਦਾ ਸ਼ੈਤਾਨ ਦੀ ਇੱਛਾ ਪੂਰਤੀ ਇਤਿਹਾਸ ਵਿੱਚੋਂ ਹੈ ਮਾਇਆ ਵਿੱਚੋਂ ਹੈ ਜਿਹੜਾ ਭਗਤਾਂ ਦੀ ਜਿਹੜੀ ਇੱਛਾ ਦੀ ਪੂਰਤੀ ਹੈ ਉਹ ਗੁਰਮਣੀ ਵਿੱਚੋਂ ਹੈ ਇਤਿਹਾਸ ਦੀ ਇੱਛਾ ਸ਼ੈਤਾਨ ਦੀ ਇੱਛਾ ਝੂਠ ਵਿੱਚੋਂ ਹੈ ਇਹ ਤਾਂ ਝੂਠ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਸੰਸਾਰ ਦਾ ਗਿਆਨ ਝੂਠ ਹੈ ਕੂੜ ਹੈ ਉਹ ਝੂਠ ਦੇ ਵਿੱਚ ਹੈ ਸ਼ੈਤਾਨ ਉਹਦੀ ਖਰਾਕ ਝੂਠ ਵਿੱਚ ਹੈ ਸੰਤ ਦੀ ਖਰਾਕ ਸੱਚ ਵਿੱਚ ਹੈ ਸਾਕਤ ਲੋਕਾਂ ਦਾ ਇਤਿਹਾਸ ਹੁੰਦਾ ਸਾਕਤ ਲੋਕ ਇਤਿਹਾਸ ਪੜ੍ਹਦੇ ਨੇ ਹੰਕਾਰੀ ਹੁੰਦੇ ਨੇ ਰਾਜੇ ਰਾਜ ਰਹਿਣਾ ਹੁੰਦਾ ਉਹ ਇਹ ਜਿਹ ਇਤਿਹਾਸ ਰੱਖ ਕੇ ਰੱਖਦੇ ਨੇ ਉਹ ਇਤਿਹਾਸ ਲੜਾਈਆਂ ਕਰਾ ਰਿਹਾ ਜਿੰਨੀਆਂ ਜੰਗਾਂ ਹੁੰਦੀਆਂ ਨੇ ਜਿੰਨੀ ਵੇਸਟੇਜ ਜੰਗਾਂ ਦੇ ਵਿੱਚ ਹੁੰਦੀ ਹੈ ਜੇ ਵੇਸਟੇਜ ਨਾ ਹੋਵੇ ਤ ਸਾਰੀ ਦੁਨੀਆ ਆਰਾਮ ਸੁੱਖ ਚੈਨ ਨਾਲ ਬਸਲਦੀ ਹੈ ਕੋਈ ਭੁੱਖਾ ਨਹੀਂ ਸੌ ਸਕਦਾ ਕਿਸੇ ਦੇ ਬੱਚੇ ਨਹੀਂ ਮਰ ਸਕਦੇ ਜੰਗਾਂ ਦੇ ਵਿੱਚ ਕਿਸੇ ਨੂੰ ਵਿਛੋੜਾ ਨਹੀਂ ਆ ਸਕਦਾ ਕੋਈ ਪ੍ਰੋਬਲਮ ਜਿਹੜੇ ਹੁਣ ਬੱਚੇ ਛੋਟੇ ਨੇ ਜਵਾਨ ਸਾਡੇ ਸ਼ਹੀਦ ਹੋ ਜਾਂਦੇ ਨੇ ਫੌਜੀ ਉਹਨਾਂ ਨੂੰ ਕੁਛੋ ਨਾ ਇਹਨਾਂ ਨੇ ਹੰਕਾਰੀਆਂ ਦੇ ਰਾਜ ਕਰਨੇ ਹੰਕਾਰ ਤਾਂ ਥੋੜਾ ਉਹਨਾਂ ਨੂੰ ਕੁਛੋ ਹੁਣ ਕੁਛ ਹੈ ਇਹ ਇਹ ਲੋਕ ਸਾਨੇ ਕਿ ਇੱਕੋ ਹੀ ਵੱਡ ਚਾਹੀਦੀ ਹੈ ਸਾਰੇ ਬਿਲਕੁਲ ਜਾਂ ਨਹੀਂ ਚਾਹੀਦੀ ਬਿਲਕੁਲ ਅਮੰਤ ਦਾ ਰਾਜ ਆਈਦਾ ਉਹ ਤਾਂ ਹੈ ਜਿੱਦਣ ਇਮਾਨਦਾਰੀ ਇਕੱਠੀ ਹੋਗੀ ਇਮਾਨਦਾਰ ਬੰਦੇ ਇਕੱਠੇ ਹੋਗੇ ਉਹ ਦਿਨ ਸਾਰੇ ਸੁਖੀ ਹੋ ਜਾਣਗੇ ਜਿੰਨਾ ਚਿਰ ਬੇਈਮਾਨ ਹਾਵੀ ਨੇ ਚਾਸ ਦੇ ਉੱਤੇ ਉਹਨਾਂ ਚ ਦੁੱਖੇ ਦੁੱਖ ਨੇ ਸਾਰੀ ਦੁਨੀਆ ਵਾਸਤੇ ਸੁਖ ਹੋਈ ਨਹੀਂ ਸਕਦਾ ਸੋ ਇਹ ਜਿਹੜਾ ਨਾਰਾ ਸੀ ਰਾਜ ਕਰੇਗਾ ਖਾਲਸਾ ਇਹਦੇ ਦੁੱਖ ਨਿਕਲੇ ਨੇ ਅੱਜ ਤੱਕ ਖਟਿਆ ਕੀ ਹੈ ਅੱਜ ਤੱਕ ਜੇ ਰਾਹ ਦਵਾਇਆ ਮਿਸਲਾਂ ਵਾਲਿਆਂ ਨੂੰ ਨੇ ਲੈ ਲਿਆ ਤਾਂ ਉਹਨਾਂ ਨੇ ਕੀ ਕੀਤਾ ਸਿੱਖੀ ਖਤਮ ਰਣਜੀਤ ਸਿੰਘ ਨੇ ਨਕਲ ਕੀਤੀ ਉਹਨਾਂ ਦੀ ਦੋਆਂ ਦੀ ਮੰਦਰ ਬਣਾ ਤੇ ਸੋਨੇ ਲਾ ਤੇ ਫਲਾਣਾ ਉਹ ਅਟੈਂਸ਼ਨ ਦੂਏ ਵਾਸੇ ਕਰਤੀ ਸਰੋਵਰ ਅਰ ਮੂਰਤੀਆਂ ਵੀ ਲਿਆਂਦੀਆਂ ਉਹ ਕੰਮ ਮੂਰਤੀ ਪੂਜਾ ਤੇ ਖਿਲਾਫ ਨੇ ਗੁਰੂ ਮੂਰਤੀਆਂ ਲੈ ਕੇ ਉੱਥੇ ਵੜਤੀਆਂ ਸਿੱਖੀ ਤਾਂ ਪੁੱਠਾ ਘੇੜਾ ਦਿੱਤਾ ਨਾ ਜੇ ਰਾਜ ਆਇਆ ਸਿੱਖੀ ਨੂੰ ਪੁੱਠਾ ਘੇੜਾ ਆ ਗਿਆ ਅ ਖਾਲੀ ਦਾਲ ਨੇ ਵੀ ਪੁੱਠਾ ਘੇੜਾ ਦਿੱਤਾ ਹੁਣ ਸਿੱਖੀ ਨੂੰ ਕੀ ਕੀਤਾ ਪੁੱਤੀ ਸਾਹਿਬ ਦੇ ਆ ਬੀੜਾਂ ਦੀ ਤੁਸੀਂ ਇਹਦੀ ਨਹੀਂ ਇਹਨੂੰ ਵੇਚ-ਵੇਚ ਕੇ ਤੁਸੀਂ ਖਾ ਗਏ ਜੇ ਨੂੰ ਗੁਰੂ ਕਹਨੇ ਹੋ ਤੁਸੀਂ ਐਦੋਂ ਸ਼ਰਮ ਦੀ ਗੱਲ ਕੀ ਹੋਊਗੀ ਸਭ ਇਹਨੂੰ ਤੁਸੀਂ ਗੁਰੂ ਮੰਨਦੇ ਹੋ ਕਿਨੂੰ ਤੁਸੀਂ ਨਹੀਂ ਮੰਨਦੀ ਮੰਨਦੇ ਇਹ ਤਾਂ ਹੁਸਾਰੀ ਗੱਲਾਂ ਯਾਰ ਹੋ ਗਈਆਂ ਇਹ ਤਾਂ ਸਿਰਫ ਗੋਲਕ ਤੁਹਾਡਾ ਗੁਰੂ ਹੈ ਮਾਇਆ ਕੈ ਦੇਵਾਨੇ ਪ੍ਰਾਣੇ ਚੂਠ ਹੋਰੀ ਪਾਈ ਪ੍ਰਚਾਰ ਵੱਲ ਤਾਂ ਕੋਈ ਚਾਹੇ ਨਹੀਂ ਦਿਆ ਉਹਦੀ ਤਾਂ ਕਿਸੇ ਨੂੰ ਲੋੜੇ ਨਹੀਂ ਸਿੱਖੀ ਦੀ ਤਾਂ ਲੋੜੇ ਨਹੀਂ ਕਿਸੇ ਨੂੰ ਉਹ ਤਾਂ ਮੈਂ ਨੋ ਨੋ ਆ ਇਹ ਜਿਹੜੇ ਲੋਕ ਨੇ ਰਾਜ ਵਾਲੇ ਕਰਨ ਵਾਲੇ ਉਹਨਾਂ ਨੂੰ ਫਿਟਾਉਂਦਾ ਰਣਜੀਤ ਸਿੰਘ ਉਹਨਾਂ ਨੂੰ ਫਿਟਾਉਂਦਾ ਬੰਦਾ ਵਾਹ ਦਾ ਉਹਨਾਂ ਦਾ ਸਿੱਕੀ ਨਾ ਕੋਈ ਲੈਣਾ ਦੇਣਾ ਨਹੀਂ ਅਸਲੀ ਜੜੀ ਸਿੱਕੀ ਆ ਉਹਦੇ ਨੂੰ ਕੋਈ ਲੈਣਾ ਦੇਣਾ ਨਹੀਂ ਗੁਰ ਸਿੱਖੀ ਨੂੰ ਕੋਈ ਲੈਣਾ ਦੇਣਾ ਨਹੀਂ ਉਹਨਾਂ ਕੋਲ ਸਿੱਖੀ ਬਾਹਲੀ ਦਿਖਾਵੇ ਦੀ ਭੇਖ ਦੀ ਭੇਖ ਦਿਖਾਇਓ ਜਗਤ ਕੋ ਲੋਕਨ ਕੋਲ ਉਹਨਾਂ ਕੋਲ ਭੇਖ ਦੀ ਸਿੱਖੀ ਹੁੰਦੀ ਬਾਹਰੋਂ ਬਾਹਰੋਂ ਮੂਰਤੀ ਗੁਜਾਲੀ ਜਿਨ੍ਹਾਂ ਕੋ ਅਸਲੀ ਸਿੱਖੀ ਹੈ ਉਹਨਾਂ ਨੇ ਬਾਹਰ ਮਾਇਆ ਤੇ ਕੀ ਲਣਾ ਦੁਨੀਆਂ ਦੀ ਵਡਿਆਈ ਤੇ ਉਹਨਾਂ ਨੇ ਕੀ ਲਣਾ ਦੁਨੀਆਂ ਕਿਹਾਂ ਵਡਿਆਈਆਂ ਅੱਗੀ ਸੇਤੀ ਜਲ ਉਹਨਾਂ ਨੂੰ ਵਡਿਆਈ ਚਾਹੀਦੀ ਹੈ ਅੱਗੇ ਦੀ ਉਹਨਾਂ ਨੂੰ ਵਡਿਆਈ ਚਾਹੀਦੀ ਹੈ ਪਰ ਲੋਖ ਦੀ ਉਹਨਾਂ ਦਾ ਟਾਰਗੇਟ ਪਰਲੋਕ ਹੈ ਉਹਨਾਂ ਦਾ ਆਲੋਕ ਟਾਰਗੇਟ ਨਹੀਂ ਹੈ ਇੱਥੇ ਦਾ ਦੁੱਖ ਸੁੱਖ ਬਰਾਬਰ ਹਨ ਵਾਸਤੇ ਬਲਕੇ ਦੁੱਖਦਾਰੂਆ ਸੁਖ ਰੋਗ ਹੈ ਪਰਮ ਸੁਖ ਦੀ ਇੱਛਾ ਹੈ ਉਹਨਾਂ ਨੂੰ ਉਹ ਪਰਮ ਸੁਖ ਦੀ ਇੱਛਾ ਵਾਲੇ ਨੇ ਇਹ ਸੰਸਾਰੀ ਸੁੱਖ ਦੀ ਗੱਲ ਕਰਦੇ ਨੇ ਪਰ ਸੰਸਾਰੀ ਸੁੱਖ ਤਾਂ ਸੁੱਖ ਹੁੰਦਾ ਹੀ ਨਹੀਂ ਇਹ ਤਾਂ ਅਲਪ ਸੁਖ ਹੈ ਨਾਲੇ ਸਾਡੇ ਜਾਣਦੇ ਵੀ ਹੈ ਪ੍ਰਚਾਰ ਵੀ ਕਰਦੇ ਨੇ ਪਰ ਮੂੰਹ ਮੂੰਹ ਦੇ ਵਿੱਚ ਇਹੋ ਗੱਲ ਮਨ ਵਿੱਚ ਕੁਝ ਹੋਰ ਹੈ ਮੂੰਹ ਵਿੱਚ ਕੁਝ ਹੋਰ ਹੈ ਇਹ ਪ੍ਰੋਬਲਮ ਸਾਰਿਆਂ ਨਾਲ ਹੀ ਹੈ ਧਰਮਾਂ ਦੇ ਨਾਲ ਜਿੰਨ ਮਨ ਹੋਰ ਮੁਖ ਹੋਰ ਸੇ ਕਾਢੇ ਕੱਚਿਆਂ ਇਹ ਜਿਹੜੇ ਕੱਚੇ ਸਿੱਖ ਨੇ ਸਾਡੇ ਇਹ ਕੱਚੇ ਨੇ ਇਹ ਕੱਚੇ ਛੱਡ ਜਾਂਦੇ ਨੇ ਛੜੇ ਹੋਏ ਨੇ ਇਹ ਗੁਰੂ ਨਾਲੋਂ ਅੱਡ ਹੋਏ ਹੋਏ ਨੇ ਕੱਚੇ ਛੜੇ ਹੋਏ ਨੇ ਜਿਹੜੇ ਦੂਏ ਨੇ ਉਹਨਾਂ ਨੇ ਲੈਣਾ ਕੀ ਉਹ ਸਿਰਫ ਉਹ ਉਹਨਾਂ ਕੋਲੇ ਹੀ ਗੁਰਮਤ ਉਹਨਾਂ ਵਿੱਚੋਂ ਹੀ ਪੱਕਿਆਂ ਚੋਂ ਹੀ ਕਹਾਂ ਨਿਕਲਦੇ ਨੇ ਉਹਨਾਂ ਚੋਂ ਉਹ ਹੀ ਗੁਰ ਸਿੱਖ ਬਣਦੇ ਨੇ ਉਹਨਾਂ ਚੋਂ ਇੱਕ ਖਾਲਸਾ ਨਿਕਲਦਾ ਹੈ ਕੋਈ ਉਹ ਹੀ ਫੇਰੇ ਨੂੰ ਗੁਰਮਤ ਨੂੰ ਸਮਝੋ ਹਾਈਲਾਈਟ ਕਰਦੇ ਨੇ ਗੁਰਮੰਧਾ ਪ੍ਰਚਾਰ ਉਹਨਾਂ ਦੀ ਸਮਝ ਆ ਜਾਂਦੀ ਹੈ ਕਿ ਗੁਰੂ ਨਾਨਕ ਦੀ ਸਮਝ ਆਈ ਗੁਰੂ ਨਾਨਕ ਲਈ ਤੇ ਆਏ ਉਹਨਾਂ ਵਾਸਤੇ ਦਸੰਪਾ ਜਾਨੇ ਕਿਹਾ ਸੀ ਖਾਲਸਾ ਪੰਥ ਕਿਹਦੇ ਲਈ ਤਾਂ ਜਗਤ ਵਿੱਚ ਜਦ ਤੁਮ ਪੰਥ ਉਹਨਾਂ ਦਾ ਪੰਥ ਕੀ ਹੁੰਦਾ ਹੈ ਪੰਥ ਆਦਮੀਆਂ ਦੇ ਇਕੱਠ ਦਾ ਨਾ ਨਹੀਂ ਪੰਥ ਉਹ ਮਾਰਗ ਹੈ ਉਹ ਵੇ ਹੈ ਜਿਹੜਾ ਗੁਰਬਾਣੀ ਚ ਦਰਜ ਹੈ ਵਿਚਾਰ ਧਾਰਾ ਇੱਕ ਇੱਕ دریا ਦਾ ਰਸਤਾ ਹੁੰਦਾ ਹੈ ਸਮੁੰਦਰ ਤੱਕ ਪਹੁੰਚਣ ਦਾ ਗੁਰਧਰਿਆਏ ਉਹਨੇ ਆਪਣੇ ਮੂੜ ਤੱਕ ਸਮੁੰਦਰ ਤੱਕ ਪਹੁੰਚਣਾ ਹੈ ਵਿਚਾਰ ਧਾਰਾ ਇੱਕ ਧਾਰਾ ਦੇ ਨਾਲ ਨਾਲ ਜਾਣਾ ਸੁੰਦਰ ਤੱਕ ਪਹੁੰਚਣ ਜਿਥੋਂ ਪੈਦਾ ਹੋਇਆ ਜੈ ਤੇ ਉਪਜੀਤ ਤਹਿ ਮਿਲੀ ਸੱਚੀ ਪ੍ਰੀਤ ਸਮੋਹ ਸੱਚੀ ਪ੍ਰੀਤ ਹੋਵੇ ਸਮਾਜ ਹੁੰਦਾ ਹੋਣ ਸਾਡੇ ਕੋਲ ਇਹ ਨਿਕਲਿਆ ਕਿ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸਿੱਖ ਖਾਲਸਾ ਪੈਜਿਆ ਸੀ ਜਿਹੜਾ ਬੰਦਾ ਬਹਾਦਰ ਸੀ ਉਹ ਸਿਰਫ ਉਹਨਾਂ ਦੇ ਬਹਾਦਰ ਸ਼ਾਹ ਜਿਹੜੀ ਸਰਕਾਰ ਸੀ ਉਹਦੇ ਵੱਲੋਂ ਸੀ ਫੌਜ ਤਾਂ ਨਹੀਂ ਸਕਦੀ ਸੀ ਨਾਲ ਉੱਥੋਂ ਫੌਜ ਇੱਥੇ ਸੀ ਉੱਥੋਂ ਕੀ ਲਾਉਣ ਸੀ ਬਹੁਤ ਦੇਉਣ ਦੀ ਆ ਜਿਹੜੀ ਆ ਫੌਜ ਸੀ ਇੱਥੇ ਬਜੀਦੇ ਕੋਲੋਂ ਕੀਦੀ ਸੀ ਉਹ ਵੀ ਤਾਂ ਬਹਾਦਰ ਸ਼ਾਹ ਦੀ ਹੋ ਸੀ ਇਹ ਬਜੀਦੇ ਦੀ ਫੌਜ ਸੀ ਬਜੀਦਾ ਤਾਂ ਉਹਨਾਂ ਦਾ ਬਿਠਾੜਿਆ ਸੀ ਹਾਂ ਬਜੀਦੇ ਦਾ ਧੜਾ ਇੱਕ ਬਜੀਦੇ ਦੇ ਜਿਹੜੇ ਨੇੜੇ ਨੇੜੇ ਨੇੜਤਾ ਰੱਖਣ ਵਾਲੇ ਸੀ ਉਹ ਅਲੱਗ ਸੀ ਜਿਹੜੇ ਬਾਦਸ਼ਾਹ ਨਾਲ ਸੀ ਹੋ ਜਾਂਦੇ ਸੀ ਉਹ ਬਾਈ ਧਾਰੀਆਂ ਨਾਲ ਦੀਵਜਾ ਨਾਲ ਵੀ ਦੋਵੇਂ ਪਾਸੇ ਉਹ ਲੋਕ ਬਜੀਦੇ ਵਾਲੀ ਫੌਜ 'ਚ ਫੁੱਟ ਪੈ ਗਈ ਤੇ ਬਾਈ ਧਾਰੀਏ ਜਿਹੜੇ ਸੀ ਪਹਿਲਾਂ ਬਜੀਦਾਰ ਬਾਈ ਧਾਰੀ ਇਕੱਠੇ ਸੀ ਉਹਨਾਂ ਉਹ ਅਸੀਂ ਪਾੜ ਲਏ ਬਾਈ ਧਾਰੀ ਆਪਣੇ ਵੱਲ ਕਰ ਲਏ ਔਰ ਬਜੀਦੇ ਦੀ ਫੌਜ ਵੀ ਪਾੜ ਲਈ ਤਾਂ ਅਸੀਂ ਤਾਂ ਉਹ ਜੰਗ ਜਿੱਤੀ ਸੀ ਇਹਨਾਂ ਨੂੰ ਕੀ ਪਤਾ ਇਹਨਾਂ ਦੇ ਪਿਓ ਦਾਦਿਆਂ ਨੇ ਕਿਹੜਾ ਜੰਗਾ ਲੜੀਏ ਇਹਨਾਂ ਨੂੰ ਕੀ ਪਤਾ ਸਿੱਖਾਂ ਨੂੰ ਗੱਲ ਕੀ ਹੈ ਉਹ ਪੰਜ ਪਿਆਰੇ ਸੀ ਉਹ ਸਾਡੀ ਪ੍ਰਥਾ ਅੱਜ ਤੱਕ ਹੈ ਤਾਂ ਜੇ ਬੰਦੇ ਬਾਤ ਨੂੰ ਮੰਨੋਗੇ ਪੰਜ ਪੈਰਾਂ ਵਾਲਾ ਕਨਸੈਪਟ ਹੀ ਖਤਮ ਹੋ ਜੂ ਤੁਹਾਡਾ ਖਤਮ ਹੋ ਜਾ। ਅਰ ਉਹਨਾਂ ਦਾ ਹੈ ਵੀ ਖਤਮ ਹੈ। ਉਹਨਾਂ ਕੋ ਪੌੜ ਨਹੀਂ ਉਹਨਾਂ ਕੋ ਉਮਰ ਤਾਂ ਅਸੀਂ ਉਹਨਾਂ ਨੂੰ ਪੌੜ ਵੀ ਨਹੀਂ ਰੱਖਣਾ। ਅੱਜ ਜਿਹੜਾ ਗੁਰਦਵਾਰਾ ਵੀ ਐਕਟ ਗੁਰਦਵਾਰਾ ਸੇਖ ਗੁਰਦਵਾਰਾ ਐਕਟ ਗੁਰਸਿੱਖ ਵੀ ਨਹੀਂ ਆਉਂ ਉੱਥੇ ਖਾਲਸਾ ਦਾ ਬਹੁਤ ਦੂਰ ਦੀ ਗੱਲ ਹੈ। ਖਾਲਸਾ ਤੋਂ ਦੂਰ ਦੀ ਗੱਲ ਹੈ। ਇਹ ਤਾਂ ਹੁਣ ਕਹਿਣ ਲੱਗੇ ਬਾਅਦ ਗੁਰਦਾਰਾ ਐਕਟਰ ਦੇ ਵਿੱਚ ਗੁਰਸਿੱਖ ਬੰਨੀਆਂ ਖਾਲਸਾ ਕਿੱਥੇ ਦਿਖਾਓ ਸ਼ਬਦ ਕਿੱਥੇ ਜਦੋਂ ਅਸੀਂ ਇਹਨਾਂ ਨੂੰ ਜੁੰਡਿਆਂ ਦੇ ਫੜ ਕੇ ਪੁੱਛਿਆ ਨਾ ਕਿ ਅਦਾਲਤ ਵਿੱਚ ਉਸ ਦਿਨ ਜਵਾਬ ਦੇਣ ਦਾ ਔਖਾ ਹੋ ਜੂਗਾ ਜਿਹੜੇ ਸਿੰਘ ਸਾਹਿਬ ਬਣੇ ਫਿਰਦੇ ਨੇ ਪੱਲੇ ਕੀ ਆ ਤੁਹਾਡੇ ਪੱਲੇ ਦੱਸੋ ਕੀ ਗੇ ਦੋ ਦੋ ਪੈਰ ਦੇ ਬੰਦੇ ਤੁਹਾਨੂੰ ਪੁੱਛਦੇ ਨਹੀਂ ਹੁਣ ਸਿੱਖ ਕੌਣ ਕੋਈ ਦਾ ਝੂਠ ਦਾ ਬੇੜਾ ਜਿਹੜਾ ਐਡਾ ਹੀ ਡੁੱਬਦਾ ਹੁੰਦਾ ਬਾਦਲ ਦੇ ਜੇਬ ਚੋਂ ਤੁਸੀਂ ਨਿਕਲੇ ਹੋਏ ਬੰਦੇ ਐ ਐਡੇ ਨੀਚ ਆਦਮੀ ਦੇ ਜਿਹੜਾ ਗੁਰੂ ਤੋਂ ਬੇਮੁਖ ਹੈ ਨਾਲੇ ਤੁਸੀਂ ਮੰਨਦੇ ਹੋ ਵੀ ਉਹਨੇ ਇਨਾਂ ਨੂੰ ਨੁਕਸਾਨ ਕੀਤਾ ਉਹਦੇ ਘਰਪ ਚ ਕਿਵੇਂ ਚੱਲਦੇ ਰਹੇ ਸਾਰੇ ਅੱਜ ਤੱਕ ਬੜੇ ਬੜੇ ਲੀਡਰ ਜਿਹੜੇ ਹੁਣ ਕਾਲਾ ਕੱਢਦੇ ਹੋ ਥੋੜਾ ਹੀ ਬਣਾਇਆ ਹੋਇਆ ਸੀ ਅੱਜ ਬੁਰਾ ਹੋ ਗਿਆ ਉਹ ਕਿਉਂ ਹੁਣ ਬੁਰਾਈ ਸਾਰੀ ਠੀਕ ਕਰੋ ਉਹਦੇ ਜਿਵੇਂ ਬੰਦੋ ਆਪ ਦੁੱਤ ਹਉਤੇ ਬਣ ਜੋ ਸਾਰੇ ਕਸੂਰਵਾਰੋਂ ਇੱਕ ਬੰਦੀ ਤੁਹਾਡੇ ਚ ਬਚਿਆ ਹੋਇਆ ਬਿਕ ਜੋ ਜੋ ਮੈਂ ਠੀਕ ਰਹਾ ਬੰਨ ਕੇ ਤੁਸੀਂ ਸਾਰੇ ਬਰੀ ਹੋ ਜਾਓਗੇ ਕੋਈ ਵੀ ਨਹੀਂ ਬਰੀ ਹੋ ਸਕਦਾ ਜੋ ਮੈਂ ਬਰੀ ਸਾਰਿਆਂ ਦੀ ਉਹ ਹੈ ਜਿਉਂ ਨੇ ਬੇੜਾ ਕਰ ਕੀਤਾ ਝੂਠ ਦਾ ਹੀ ਕੀਤਾ ਥੋੜਾ ਹੀ ਕੀਤਾ ਝੂਠਿਆਂ ਦਾ ਸਾਡਾ ਕੋਈ ਨਹੀਂ ਕੀਤਾ ਗੁਰੂ ਦਾ ਕੋਈ ਨਹੀਂ ਕੀਤਾ ਸਭ ਝੂਠੇ ਤਾਂ ਥੋੜਾ ਝੂਠ ਲੜ ਪਿਆ ਸੱਚ ਨੂੰ ਬੋਲਣ ਦਾ ਮੌਕਾ ਮਿਲ ਗਿਆ ਸੱਚ ਉੱਪਰ ਛਾ ਗਿਆ ਝੂਠ ਦਾ ਤੇ ਸੱਚ ਦੀ ਮਦਦ ਕੀਤੀ ਹੈ ਉਹਨਾਂ ਨੇ ਐਡਮਿਟ ਇੱਕ ਬਾਦਲ ਨੇ ਕਰਤਾ ਐਡਮਿਟ ਕਿ ਗਲਤ ਪ੍ਰਚਾਰ ਹੋਇਆ ਹੁਣ ਤੁਸੀਂ ਗੱਲ ਵੀ ਨਹੀਂ ਕਰਦੇ ਗਲਤ ਪ੍ਰਚਾਰ ਦੀ ਗਲਤ ਕਰਿਆ ਤੁਸੀਂ ਕਰ ਰਹੇ ਹੋ ਗਲਤ ਕਰੀ ਜਾਓ ਸਾਨੂੰ ਠੀਕ ਕਰਾਉਣ ਦੀ ਲੋੜ ਨਹੀਂ ਨਾ ਤੋ ਤੇ ਠੀਕ ਹੋਵੇ ਨਾ ਤੁਹਾਨੂੰ ਠੀਕ ਹਜਮ ਹੈ ਬਸ ਦੁਨੀਆ ਨੂੰ ਪਤਾ ਲੱਗਣਾ ਤਾਂ ਲੱਗ ਗਿਆ ਤੁਸੀਂ ਸਖਾਇ ਨਹੀਂ ਸਿੱਖ ਬਥੇਰੇ ਬਣ ਜਾਣਗੇ ਕੋਈ ਗੱਲ ਨਹੀਂ ਹੁੰਦੀ ਸਿੱਖ ਬੀਜ ਰੂਪਿਆ ਸਿੱਖੀ ਪਥੇਰੀ ਮੁਸਲਮਾਨਾਂ ਵਿੱਚ ਬਥੇਰੇ ਸਿੱਖ ਨੇ ਗੁਰੂਵਾਲਾ ਸਾਰੇ ਉਹੀ ਬੋਲੀ ਬੋਲਦੇ ਨੇ ਹਿੰਦੂਆਂ ਤੋਂ ਤੁਹਾਡਾ ਜ਼ਿਆਦਾ ਨੇ ਮੂਰੇ ਆ ਰਹੇ ਨੇ ਬੋਲ ਰਹੇ ਨੇ ਸਭ ਲੋਕ ਸਚਿਆਰੇ আর ਕੂੜਿਆਰੇ ਅਡ ਅਡ ਨੇ ਹੋਰ ਜਿਹਨੂੰ ਸਮਝ ਆਉਂਦੀ ਹੈ ਜਿਹੜੇ ਚੰਗੇ ਆਦਮੀ ਨੇ ਆ ਰਹੇ ਜਿਹੜੇ ਉੱਤੋਂ ਚਾਹੇ ਪੱਥਰ ਲੱਗਦੇ ਨੇ ਅੰਦਰੋਂ ਉਹ ਹੀਰੇ ਨੇ ਉਪਰ ਉਪਰ ਦੀ ਮੈਲ ਲੱਗੀ ਜਾਂ ਕਾਸੀ ਦੇ ਵਿੱਚੋਂ ਹੀਰੇ ਨਿਕਲਦੇ ਨੇ ਉਹ ਭਰਮੇ ਉੱਪਰ ਫਲਾਇਆ ਹੋਇਆ ਨਵੇਂ ਧਰਮ ਦਾ ਮੁੰਡੇ ਜੰਮਦੇ ਨੇ ਨਵੇਂ ਨੇ ਪਤਾ ਨਹੀਂ ਹੈ ਜਾਂ ਪਤਾ ਲੱਗਦਾ ਹੈ ਹੀਰੇ ਚਮਕਿਆ ਹੁੰਦੇ ਨੇ ਤਰਾਸ਼ਣੇ ਵਾਲਾ ਚਾਹੀਦਾ ਹੈ ਹੀਰਾ ਤਾਂ ਹੀਰਾ ਹੀ ਹੈ ਤਰਾਸ਼ੇ ਤੇ ਹੀਰਾ ਬਣਦਾ ਹੈ ਤਰਾਸ਼ਣ ਤਰਾਸ਼ੀ ਦਾ ਕਿਵੇਂ ਨੇ ਸ਼ਬਦ ਦੀ ਸਾਣ ਤੇ ਤਰਾਸ਼ੇ ਜਾਂਦੇ ਨੇ ਸਾਰੇ ਸ਼ਬਦ ਦੇ ਸਾਣ ਰਖਾਈ ਲਾਏ ਤੁਸੀਂ ਆਪਣਾ ਫਿਕਰ ਕਰੋ ਹੁਣ ਅਕਾਲ ਤਖ ਦਾ ਆਪਣਾ ਫਿਕਰ ਕਰੇ ਤੇਰਾ ਕੀ ਬਣੂ